ਕਿਹਾ ਸ਼ਕਤ ਤੋਹੇ ਈਹਾਂ ਲੈ ਆਈ। ਐ ਗੁਰੂ ਨਾਨਕ, ਐ ਬੱਚੇ, ਤੂੰ ਕਿਹੜੀ ਸ਼ਕਤੀ ਦੇ ਨਾਲ ਸਾਡੇ ਬਰਾਬਰ ਪਹੁੰਚ ਗਿਆ ਹੈ? ਗੁਰੂ ਪਾਤਸ਼ਾਹ ਦਾ ਜਵਾਬ ਸੀ, ਹਉਂ ਜਪਿਆ ਪਰਮੇਸ਼ਰੋ ਭਉ ਭਗਤ ਸੰਗ ਤਾੜੀ ਲਾਈ। ਮੈਂ ਉਸ ਅਕਾਲ ਪੁਰਖ ਦਾ ਸਿਮਰਨ ਕਰਕੇ ਤੁਹਾਡੇ ਬਰਾਬਰ ਹਾਂ। ਦੂਸਰਾ ਸਵਾਲ ਸੀ ਕਿ ਤੇਰਾ ਗੁਰੂ ਕੌਣ ਹੈ, ਕਵਣ ਗੁਰੂ ਕਿਸਕਾ ਤੂੰ ਚੇਲਾ? ਤੇ ਜਵਾਬ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਬਿਲਕੁਲ ਇਹੀ ਸਵਾਲ ਸਿੱਖਾਂ ਨੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ, ਪਾਤਸ਼ਾਹ ਕਿਸ ਦੇ ਲੜ ਲਾ ਕੇ ਚੱਲੇ ਹੋ? ਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਜਵਾਬ ਦਿੱਤਾ ਸੀ, ਅਸੀਂ ਦੋਹਰੇ ਦੇ ਰੂਪ ਚ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਇਹ ਇਸਦਾ ਪੰਜਾਬੀ ਰੂਪ ਹੈ। ਪਰ ਜਿਹੜਾ ਦਸਮ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਭਾਈ ਸਾਹਿਬ ਭਾਈ ਦੰਦ ਲਾਲ ਦੇ ਰਹਿਤਨਾਮੇ ਚ ਦਰਜ ਹੈ, ਮੇਰਾ ਰੂਪ ਗ੍ਰੰਥ ਜੀ ਜਾਨ, ਇਨਮੈ ਭੇਦ ਨਾਹੀ ਕਿਸ਼ਮਾਨ, ਜੋ ਸਿੱਖ ਗੁਰ ਦਰਸ਼ਨ ਕੀ ਚਾਹੈ, ਦਰਸ਼ਨ ਕਰੇ ਗ੍ਰੰਥ ਜੀ ਆਹੈ। ਜਿਹੜਾ ਵੀ ਸਿੱਖ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੇ, ਤੇ ਜਿਹੜੇ ਦਰਸ਼ਨ ਨੇ ਉਹ ਬਾਣੀ ਦੀ ਵਿਚਾਰ ਹੈ। ਕਿਉਂਕਿ ਗੁਰੂ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ ਕਿ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸੋ ਅਸੀਂ ਸਾਰੇ ਇੱਥੇ ਵਿਚਾਰ ਕਰਨ ਵਾਸਤੇ ਇਕੱਤਰ ਹੋਏ ਹਾਂ। ਕੋਸ਼ਿਸ਼ ਕਰਾਂਗੇ ਕਿ ਗੁਰਬਾਣੀ ਦੇ ਪ੍ਰਮਾਣਾਂ ਦੇ ਨਾਲ ਨਾਲ ਅਸੀਂ ਇਤਿਹਾਸ ਨੂੰ ਵਿਚਾਰੀਏ, ਵਿਚਾਰਦੇ ਆਪਾਂ ਚਿੰਤਨ ਵੀ ਕਰੀਏ। ਗੁਰੂ ਪਾਤਸ਼ਾਹ ਨੇ ਬੜਾ ਸੁੰਦਰ ਫਰਮਾਨ ਕੀਤਾ, ਜਨ ਨਾਨਕ ਬਿਨ ਆਪਾ ਚੀਨੇ ਮਿੱਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਅਸੀਂ ਆਪਣੇ ਜੀਵਨ ਦਾ ਅਧਿਐਨ ਨਹੀਂ ਕਰਾਂਗੇ, ਆਪਣੇ ਆਪੇ ਦਾ ਅਧਿਐਨ ਨਹੀਂ ਕਰਾਂਗੇ, ਉਨਾ ਚਿਰ ਭਰਮ ਭੁਲੇਖੇ ਦੂਰ ਨਹੀਂ ਹੋਣਗੇ। ਸੋ ਗੁਰੂ ਦੀ ਗੋਦ ਦੇ ਵਿੱਚ ਬੈਠਣਾ ਕੇਵਲ ਇਹ ਨਹੀਂ ਹੁੰਦਾ ਕਿ ਅਸੀਂ ਮੱਥਾ ਟੇਕ ਲਿਆ ਜਾਂ ਬੈਠ ਗਏ, ਪਾਤਸ਼ਾਹ ਕਹਿੰਦੇ ਕਿ ਇਵੇਂ ਦਾ ਮੱਥਾ ਟੇਕਣਾ ਮੈਨੂੰ ਪ੍ਰਵਾਨ ਨਹੀਂ। ਕੇਵਲ ਅਸੀਂ ਮਾਇਆ ਰੱਖ ਦਈਏ, ਪਾਤਸ਼ਾਹ ਕਹਿੰਦੇ ਵੀ ਪ੍ਰਵਾਨ ਨਹੀਂ। ਕੇਵਲ ਅਸੀਂ ਕਰਮ ਕਰਕੇ ਸੇਵਾ ਕਰ ਲਈਏ, ਪਾਤਸ਼ਾਹ ਕਹਿੰਦੇ ਵੀ ਪ੍ਰਵਾਨ ਨਹੀਂ। ਪਾਤਸ਼ਾਹ ਨੇ ਇੱਕ ਬੜਾ ਸੁੰਦਰ ਪ੍ਰਮਾਣ ਬਰਬਾਣੀ ਚ ਰੱਖਿਆ ਹੈ, ਸੰਮਨ ਜੋ ਇਸ ਪ੍ਰੇਮ ਕੀ ਦਮ ਕਹਿ ਹੋਤੀ ਸਾਠ, ਰਾਵਣ ਹੁੱਤੋ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਠ। ਜੇਕਰ ਕੇਵਲ ਪਰਮਾਤਮਾ ਪੈਸੇ ਨਾਲ ਰੀਝਦਾ ਹੁੰਦਾ ਤੇ ਰਾਵਣ ਦੇ ਕੋਲ ਸੋਨੇ ਦੀ ਲੰਕਾ ਸੀ। ਜੇਕਰ ਪਰਮਾਤਮਾ ਕੇਵਲ ਤਨ ਦੀ ਸੇਵਾ ਦੇ ਨਾਲ ਰੀਝਦਾ ਹੁੰਦਾ ਤੇ ਰਾਵਣ ਨੇ ਆਪਣੇ ਇਸ਼ਟ ਦੇ ਅੱਗੇ ਸਿਰ ਭੇਟਾ ਕਰ ਦਿੱਤੇ। ਇਹ ਰੀਝਦਾ ਕਿਸ ਤੇ ਹੈ? ਮਨ ਵਿੱਚ ਹੈ ਸਤਿਗੁਰ ਕੇ ਪਾਸ। ਮਨ ਕਰਕੇ ਜਿਹੜੀ ਸੇਵਾ ਹੈ ਸਿੱਖ ਦੀ, ਮਨ ਕਰਕੇ ਗੁਰੂ ਦੇ ਹੁਕਮ ਨੂੰ ਮੰਨਣਾ, ਇਸੇ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਕੇਵਲ ਸਿਰ ਝੁਕਾ ਦੇਣਾ ਪ੍ਰਵਾਨ ਨਹੀਂ, ਕੇਵਲ ਮੱਥਾ ਟੇਕਣਾ ਪ੍ਰਵਾਨ ਨਹੀਂ। ਪ੍ਰਵਾਨ ਉਦੋਂ ਹੈ ਤੁਦਨੋ ਨਿਵਣ ਮੰਨਣ ਤੇਰਾ ਨਾਮ। ਉਸਦੇ ਅੱਗੇ ਸਿਰ ਝੁਕਾਉਣ ਤੋਂ ਭਾਵ ਹੈ ਕਿ ਉਸਦੇ ਹੁਕਮ ਨੂੰ ਮੰਨਣਾ। ਸਾਡੀ ਸਮੱਸਿਆ ਇਹ ਹੈ ਕਿ ਅਸੀਂ ਕੇਵਲ ਤੇ ਕੇਵਲ ਸਰੀਰ ਰੂਪ ਚ ਝੁਕ ਰਹੇ ਹਾਂ, ਮਨ ਕਰਕੇ ਨਹੀਂ ਝੁਕ ਰਹੇ। ਸਾਡੇ ਚੋਂ ਅਦਬ, ਬਾਣੀ ਦਾ ਸਤਿਕਾਰ, ਇਹ ਸਭ ਕੁਝ ਵਿਖਾਵੇ ਮਾਤਰ ਤੱਕ ਸੀਮਤ ਰਹਿ ਗਿਆ। ਇੱਥੋਂ ਤੱਕ ਕਿ ਜੇ ਅਸੀਂ ਬਾਣੀ ਵੀ ਪੜ੍ਹਦੇ ਹਾਂ, ਵਿਚਾਰ ਖਤਮ ਹੁੰਦਾ ਜਾ ਰਿਹਾ ਹੈ, ਹੰਕਾਰ ਪੈਦਾ ਹੁੰਦਾ ਜਾ ਰਿਹਾ। ਸਾਡੀ ਅਰਦਾਸ ਦੇ ਵਿੱਚ ਵੀ ਦੁਨਿਆਵੀ ਵਸਤਾਂ ਦੀ, ਦਾਤਾਂ ਦੀ ਮੰਗ ਬਹੁਤ ਹੈ, ਦਤਾਰ ਦੇ ਨਾਲ ਪਿਆਰ ਖਤਮ ਹੁੰਦਾ ਜਾ ਰਿਹਾ। ਇਸਲਾਮੀ ਪਰੰਪਰਾ ਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨ ਤੋਂ ਬਾਅਦ ਆਪਣੇ ਵਿਖਿਆਨ ਨੂੰ ਸ਼ੁਰੂ ਕਰਦਾ ਹੈ। ਇਸਲਾਮ ਦੇ ਇੱਕ ਬੜੇ ਮਸ਼ਹੂਰ ਪੈਗੰਬਰ ਹੋਏ ਨੇ ਹਜ਼ਰਤ ਮੂਸਾ, ਜਿਸ ਸ਼ਹਿਰ 'ਚ ਰਹਿੰਦੇ ਸੀ ਉਸ ਸ਼ਹਿਰ ਦੇ ਬਾਹਰ ਬਾਹਰ ਇੱਕ ਗਰੀਬ ਆਜੜੀ ਰਹਿੰਦਾ ਸੀ। ਇੰਨਾ ਗਰੀਬ ਕਿ ਉਹਦੇ ਕੋਲ ਚੰਗਾ ਘਰ ਨਹੀਂ, ਖਾਣ ਨੂੰ ਰੋਟੀ ਨਹੀਂ, ਪਹਿਨਣ ਨੂੰ ਕੱਪੜਾ ਨਹੀਂ, ਕੇਵਲ ਤੇ ਕੇਵਲ ਦੋ ਚਾਰ ਭੇਡਾਂ ਰੱਖੀਆਂ ਨੇ, ਉਹਨਾਂ ਨੂੰ ਚਾਰਦਾ ਹੈ, ਦੁੱਧ ਪੀ ਕੇ ਕੁਛ ਵੇਚ ਕੇ ਰੋਟੀ ਦਾ ਗੁਜ਼ਾਰਾ ਕਰ ਲੈਂਦਾ ਹੈ, ਅਤੇ ਇੱਕ ਛੋਟੀ ਜਿਹੀ ਛੱਪੜ ਦੇ ਵਿੱਚ, ਝੁੱਗੀ ਦੇ ਵਿੱਚ ਸੌਂ ਜਾਂਦਾ ਹੈ। ਕਿਤੇ ਸੰਭਾਵਤ
ਸ਼ਹਿਰ ਆਉਣ ਦਾ ਮੌਕਾ ਮਿਲਿਆ ਤੇ ਮਸਜਿਦ ਦੇ ਅੱਗੋਂ ਦੀ ਲੰਘ ਰਿਹਾ ਸੀ, ਖੜਾ ਹੋ ਗਿਆ, ਮਸਜਿਦ ਦੇ ਸਾਹਮਣੇ ਰੁਕ ਰਿਹਾ, ਕਿਉਂਕਿ ਕੋਈ ਵਾਇਸ ਜਿਹੜਾ ਸੀ ਬੜਾ ਸੁੰਦਰ ਪੜ੍ਹਾ ਰਿਹਾ ਸੀ। ਵਾਇਸ ਕਹਿੰਦੇ ਨੇ ਜਿਹੜਾ ਕੁਰਾਨ ਦੇ ਅਰਥ ਕਰਦਾ ਹੈ। ਵਾਇਸ ਹਾਫਿਜ਼ ਬੜੇ ਸੁੰਦਰਤਾ ਦੇ ਨਾਲ, ਬੜੇ ਪ੍ਰੇਮ ਦੇ ਨਾਲ, ਬੜੇ ਵਜ਼ਤ ਦੇ ਨਾਲ ਕੁਰਾਨ ਦੇ ਅਰਥ ਕਰ ਰਿਹਾ ਸੀ। ਉਹ ਆ ਜਿਹੜੀ ਉੱਥੇ ਰੁਕ ਗਿਆ ਤੇ ਉਹ ਵਾਇਸ ਪੜ੍ਹਾ ਰਿਹਾ ਹੈ ਕਿ ਪਰਮਾਤਮਾ ਲਾ ਸ਼ਰੀਕ ਹੈ, ਪਰਮਾਤਮਾ ਦਾ ਕੋਈ ਸ਼ਰੀਕ ਨਹੀਂ। ਬਿਲਕੁਲ ਹੈ ਵੀ ਸੱਚ, ਤਿਸ ਜੇਵਡ ਹੋਰ ਸ਼ਰੀਕ ਹੋਵੇ ਤਾਂ ਆਖੀਏ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ, ਜਿਹੜਾ ਹੈ ਹੀ ਇੱਕ। ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਨੂੰ ਹੋਰ ਗਿਣ ਹੀ ਨਹੀਂ ਸਕਦੇ। ਲੱਖਾਂ ਗ੍ਰੰਥ ਹੋ ਸਕਦੇ ਨੇ ਦੁਨੀਆਂ 'ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ਤਿਸ ਜੇਵਡ ਹੋਰ ਸ਼ਰੀਕ ਹੋਵੇ ਤਾਂ ਆਖੀਏ। ਫਿਰ ਉਹ ਕਹਿ ਰਿਹਾ ਹੈ ਕਿ ਪਰਮਾਤਮਾ ਲਾ ਮਕਾਮ ਹੈ, ਕਿਸੇ ਜਗ੍ਹਾ 'ਤੇ ਨਹੀਂ ਹੈ। ਸੱਚਮੁੱਚ ਪਰਮਾਤਮਾ ਕਿਸੇ ਜਗ੍ਹਾ 'ਤੇ ਨਹੀਂ ਹੈ, ਕਿਉਂ? ਕਿਉਂਕਿ ਹਰ ਜਗ੍ਹਾ 'ਤੇ ਸਰਬ ਵਿਆਪਕ ਹੈ। ਅਸੀਂ ਕਹਿੰਦੇ ਸਭੇ ਘੱਟ ਰਾਮ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਜਿਹੜਾ ਸਾਰੇ ਥਾਵਾਂ 'ਤੇ ਹੈ ਉਹਦਾ ਇੱਕ ਨਿਵਾਸ ਤਾਂ ਹੋ ਹੀ ਨਹੀਂ ਸਕਦਾ। ਫਿਰ ਉਹ ਕਹਿ ਰਿਹਾ ਕਿ ਪਰਮਾਤਮਾ ਲਾ ਵਾਰਿਸ ਹੈ, ਉਹਦਾ ਵਾਰਿਸ ਕੋਈ ਨਹੀਂ। ਸੱਚਮੁੱਚ ਹੈ ਵੀ ਇਹ ਗੱਲ ਸੱਚੀ ਹੈ, ਕਿਉਂਕਿ ਉਹ ਅਜੂਨੀ ਹੈ, ਉਹ ਸਹਿ ਭੰਗ ਹੈ, ਉਹ ਸੁੱਤੇ ਸਿੱਧ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਅਸੀਂ ਵੀ ਬਾਣੀ 'ਚ ਕਹਿੰਦੇ ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਉਹਦਾ ਮਾਂ ਬਾਪ ਕੋਈ ਨਹੀਂ। ਸੋ ਗੱਲਾਂ ਤਾਂ ਸਾਰੀਆਂ ਠੀਕ ਨੇ, ਗਰੀਬੀ ਵਾਲੀਆਂ ਗੱਲਾਂ ਨੇ। ਪਰਮਾਤਮਾ ਲਾ ਮਕਾਨ ਵੀ ਹੈ, ਪਰਮਾਤਮਾ ਲਾ ਵਾਰਸ ਵੀ ਹੈ, ਪਰਮਾਤਮਾ ਲਾ ਸ਼ਰੀਕ ਵੀ ਹੈ। ਪਰ ਇੰਨੀ ਗੱਲ ਹੀ ਹਿਰਦੇ 'ਚ ਧਾਰ ਲਈ, ਮਾਫ਼ ਕਰਨਾ ਸਾਨੂੰ ਬਹੁਤ ਸਮਾਂ ਹੋ ਗਿਆ ਹੈ। ਕੀਰਤਨ ਸਮਾਗਮਾਂ ਦੇ ਵਿੱਚ, ਗੁਰਮਤਿ ਸਮਾਗਮਾਂ ਦੇ ਵਿੱਚ ਆਉਂਦਿਆਂ ਨੂੰ, ਸੁਣਦਿਆਂ ਨੂੰ ਵਿਚਾਰਿਆ ਨਹੀਂ, ਇਸ ਕਰਕੇ ਹਿਰਦੇ 'ਚ ਧਾਰਿਆ ਵੀ ਕੁਛ ਨਹੀਂ। ਉਸਨੇ ਇੱਕੋ ਹੀ ਗੱਲ ਸੁਣੀ ਹੈ, ਹਿਰਦੇ ਦੇ ਵਿੱਚ ਵਸਾ ਲਈ। ਹੁਣ ਚਲਾ ਗਿਆ ਸ਼ਹਿਰ ਤੋਂ ਵਾਪਸ ਆਪਣੀ ਝੌਂਪੜੀ ਦੇ ਵਿੱਚ ਅਤੇ ਬਾਹਰ ਬੈਠਾ ਹੈ, ਅੱਖਾਂ 'ਚ ਹੰਝੂ ਨੇ, ਬੜੇ ਵਜ਼ਤ ਦੇ ਵਿੱਚ, ਬਹੁਤ ਹੀ ਵਜ਼ਤ ਦੇ ਵਿੱਚ। ਕਹਿੰਦਾ ਹੈ ਖੁਦਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇਰਾ ਘਰ ਨਹੀਂ ਹੈਗਾ, ਤੂੰ ਲਾ ਮਕਾਮ ਹੈ। ਐ ਖੁਦਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇਰਾ ਮਾਂ ਪਿਓ ਨਹੀਂ ਹੈਗਾ। ਸੱਚ ਜਾਣੀ ਮੈਨੂੰ ਪਤਾ ਯਤੀਮਾਂ ਦੇ ਦੁੱਖ ਕੀ ਹੁੰਦੇ ਨੇ, ਮਾਂ ਪਿਓ ਮੇਰਾ ਵੀ ਨਹੀਂ ਹੈਗਾ। ਐ ਖੁਦਾ, ਮੈਨੂੰ ਤਾਂ ਅੱਜ ਪਤਾ ਲੱਗਾ ਤੂੰ ਲਾ ਵਾਰਿਸ ਹੈ, ਤੂੰ ਲਾ ਸ਼ਰੀਕ ਹੈ, ਤੇਰਾ ਤਾਂ ਸਰੀਕਾ ਬਰਾਦਰੀ ਵੀ ਕੋਈ ਨਹੀਂ, ਤੂੰ ਇਕੱਲਾ ਕਿਵੇਂ ਦਿਨ ਕੱਟਦਾ ਹੋਵੇਗਾ। ਐ ਖੁਦਾ, ਤੂੰ ਤਾਂ ਮੇਰੇ ਤੋਂ ਵੀ ਗਰੀਬ ਹੈ, ਇਸ ਕਰਕੇ ਤੂੰ ਮੇਰੇ ਕੋਲ ਆ ਜਾ। ਤੇਰਾ ਕੋਈ ਨਹੀਂ ਹੈ ਨਾ ਐ ਖੁਦਾ, ਤੇਰਾ ਮੈਂ ਹੈਗਾ। ਤੈਨੂੰ ਕੋਈ ਰੋਟੀ ਨਹੀਂ ਦਿੰਦਾ, ਤੈਨੂੰ ਮੈਂ ਰੋਟੀ ਦੇਊਂਗਾ। ਤੇਰਾ ਮਾਂ ਪਿਓ ਨਹੀਂ ਹੈ, ਤੈਨੂੰ ਦੁੱਧ ਮੈਂ ਪਿਆਊਂਗਾ। ਤੇਰਾ ਕੋਈ ਸ਼ਰੀਕ ਨਹੀਂ ਹੈ, ਤੇਰੇ ਕੱਪੜੇ ਮੈਂ ਦੇਊਂਗਾ। ਜਦੋਂ ਇਹ ਗੱਲਾਂ ਕਰ ਰਿਹਾ ਸੀ ਨਾ, ਇਸਲਾਮ ਦਾ ਬੜਾ ਮਸ਼ਹੂਰ ਪੈਗੰਬਰ ਹਜ਼ਰਤ ਮੂਸਾ ਲਾਗੋ ਦੀ ਲੰਘ ਰਿਹਾ ਸੀ, ਖੜਾ ਹੋ ਕੇ ਸੁਣਦਾ ਰਿਹਾ, ਬਹੁਤ ਚਿਰ ਸੁਣਦਾ ਰਿਹਾ, ਅਤੇ ਗੁੱਸਾ ਆ ਗਿਆ ਕਿ ਇੱਕ ਮੈਲਾ ਕੁਚੈਲਾ ਆ ਜਿਹੜੀ ਖੁਦਾ ਨੂੰ ਕਹਿ ਰਿਹਾ ਕਿ ਤੈਨੂੰ ਰੋਟੀ ਮੈਂ ਦਊਂਗਾ, ਥੱਪੜ ਮਾਰ ਦਿੱਤਾ। ਆ ਜਿਹੜੀ ਤਾਂ ਰੋਣ ਲੱਗ ਗਿਆ ਵਿਚਾਰਾ, ਅਤੇ ਹਜ਼ਰਤ ਮੂਸਾ ਆਪਣੇ ਘਰ ਚਲਾ ਗਿਆ। ਜਦੋਂ ਘਰ ਜਾ ਕੇ ਖੁਦਾ ਦੀ ਬੰਦਗੀ ਦੇ ਵਿੱਚ ਬੈਠਾ ਨਾ, ਤੇ ਮਨ ਨਾ ਲੱਗੇ, ਬੜਾ ਚਿਰ ਮਨ ਨਾ ਲੱਗਾ, ਅਖੀਰ ਇੱਕ ਖੁਦਾ ਦੀ ਆਵਾਜ਼ ਆਈ, ਤੈਂ ਬਰਾਇਓ ਵਸਲ ਕਰਦਮ ਆਮਦੀ, ਨਹ ਬਰਾਇਓ ਫਸਲ ਕਰਦਮ ਆਮਦੀ। ਐ ਮੂਸਾ, ਮੈਂ ਤੇ ਤੈਨੂੰ ਲੋਕਾਂ ਨੂੰ ਜੋੜਨ ਵਾਸਤੇ ਭੇਜਿਆ ਸੀ, ਵਸਲ ਦੇ ਵਾਸਤੇ, ਅੱਜ ਤੂੰ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ। ਮੂਸਾ ਨੇ ਜਾ ਕੇ ਉਸ ਕੋਲ ਮਾਫ਼ੀ ਮੰਗੀ। ਭਾਵ ਕੀ ਕਿ ਪਰਮਾਤਮਾ ਗੋਬਿੰਦ ਭਾਓ ਭਗਤ ਕਾ ਭੁੱਖਾ, ਉਹ ਸਾਡੇ ਸ਼ਬਦਾਂ ਦਾ ਭੁੱਖਾ ਨਹੀਂ ਹੈ, ਉਹ ਸਾਡੀ ਤਾਰੀਫ ਦਾ ਭੁੱਖਾ ਨਹੀਂ ਹੈ। ਗੱਲ ਤੇ ਇਹ ਕਿ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਉਹਦੇ 'ਚ ਪਿਆਰ ਕਿੰਨਾ, ਆਜੜੀ ਦੇ ਮਨ 'ਚ ਪਿਆਰ ਸੀ, ਉਹਦੇ 'ਚ ਭੋਲਾਪਨ ਸੀ, ਜਿਸ ਨੂੰ ਬਾਣੀ ਨੇ ਕਿਹਾ ਕਿ ਭੋਲਾ ਭਾਓ ਗੋਬਿੰਦ ਮਿਲਾਵੇ, ਉਹਦੇ ਕੋਲ ਉਹ ਸੀ, ਅਤੇ ਹਜ਼ਰਤ ਮੂਸਾ ਦੇ ਕੋਲ ਚੰਗੇ ਸ਼ਬਦ ਸੀ, ਅਤੇ ਖੁਦਾ ਨੇ ਹੀ ਸੋਝੀ ਦੇ ਦਿੱਤੀ ਕਿ ਸੰਸਾਰ ਨੂੰ ਜੋੜਨ ਵਾਸਤੇ ਆਏ ਹੋ, ਤੁਸੀਂ ਤੋੜਨ ਵਾਸਤੇ ਨਹੀਂ ਆਏ। ਸਿੱਖ ਦਾ ਮਿਲਾਪ ਕਿਹਦੇ ਨਾਲ? ਜਿਹੜਾ ਅਸੀਂ ਰੋਜ਼ ਹੀ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜੇ ਕਿਤੇ ਸਾਨੂੰ ਇਸ ਸ਼ਬਦ ਦੀ ਸੋਝੀ ਪੈ ਜਾਵੇ ਤੇ ਜਿੰਨੀਆਂ ਵੀ ਸਾਡੇ ਗੁਰਮਤਿ ਵਿਚਾਰ ਦੇ ਵਿੱਚ ਆਈਆਂ ਦੁਵਿਧਾਵਾਂ ਨੇ ਉਹ ਖਤਮ ਹੋ ਜਾਂਦੀਆਂ ਨੇ। ਗੱਲ ਇੱਕ ਛੋਟੀ ਜਿਹੀ ਗੱਲ ਹੈ, ਜੇ ਉਹਦੀ ਸੋਝੀ ਪੈ ਜਾਵੇ ਉਹ ਹੈ ਪ੍ਰਗਟ।
गल बड़ी छोटी है। साहिब श्री गुरु नानक देव जी महाराज संसार दे विच आउंदे ने ते भाई साहब भाई गुरदास एक शब्द वरते ने सतगुर नानक प्रगटिया मिट्टी धुंद जग चानण हुआ। शब्द जन्म नहीं वरत्या, जे इत्थे शब्द हुंदा जन्मिया सतगुर नानक जन्मिया ते जिहड़ी कावक रूप दे विच कोई समतोल ते माड़ा असर नहीं पैंदा, पर उन्होंने जन्म शब्द नहीं वरत्या। कारण की कि जे जन्म है तो फिर मौत है। हुण गुरु नानक साहब है कि भट साहिबान कहिंदे ने आप नारायण कला धार जग मह परवरियो निरंकार आकार जोत जग मंडल करियो। हुण आकार जोत है जिहड़ी निरंकार की जोत है, जोत प्रगट ही होगी, जोत का जन्म नहीं होगा, जोत हमेशा प्रगट होगी। गुरु नानक देव सच्चे पातशाह निरंकार का साकार रूप जगत च प्रगट होंदे ने, इसे करके जामे बदलते ने, जोत उही रहिंदी है जिन्हों भट साहिबान कहिंदे ने जोत ऊहा जुगत साए सहकाया फेर पलटिए। जोत उही है, जामे बदलते जा रहे हैं। और दुनिया के इतिहास की यह विलखण घटना है कि गुरु पातशाह ने जिस वेले भाई लहणे नूं अंगत बनाया है उदों भी जोत ही बदली है, वह जोत ही कन्वर्ट हुई है, ट्रांसफॉर्मेशन जोत की हुई है। थापिया लहणा जीव दे गुर आई सिर छत्र फराया, अपने जींदे जी जे हुण जामा शरीर गुरु होवे ते गुरु नानक देव सच्चे पातशाह गुरु अंगद साहब दे समय जींदे जी संसार च रहे ने, पर नहीं, गुरु की है जोत। गुरु नानक सच्चे पातशाह ने अपने जींदे जी ही अपने शरीरक जामे च हुंदे आ लैणे नूं गुरु बना दिता, अंगद आप संगत च बैठ गए, सिख गुरु, गुरु सिख है, सिख नूं गुरु बना दिता। इहदा मतलब गुरु जोत है ना कि शरीर। उस तो अगे पंचम पातशाह जदों उन्हां दी जोत छेवें पातशाह च विस्थापित हुंदी है, भाई साहब भाई गुरदास लिखते हैं पंज प्याले पंज पीर छठम पीर बैठा गुर पारी दल भंजन गुर सूरमा वट जोता बहु पार उपकारी चली पीढ़ी सोढ़ियां रूप दिखावण वारो वारी। अगली गल है अर्जन काया पलट के, पलटिया शरीर जा रहा, मूरत हर गोबिंद सवारी जा जोत रही है। अर्जन काया पलट के मूरत हर गोबिंद सवारी। सो फिर जोत ही दूसरे जामे च जा रही है। ते जदों इस जोत दा अंतम जिसम असी कहने जलाली रूप दसम पातशाह च जा रहा है उदों फिर जन्म शब्द नहीं हैगा, उदों भी जन्म शब्द नहीं है। भाई साहब भाई गुरदास दूसरे कह रहे ने प्राण रूप परमात्मा परखोतम पूरा वाह प्रगट्यो पुरख भगवंत रूप गुरु गोबिंद सूरा, फिर प्रगट्यो प्रगट्यो पुरख भगवंत रूप। इहदा मतलब जोत जिहड़ी है हुण अपने दसवें जामे च प्रगट होई है। उस प्रगटी हुई जोत ने अपने लाड़ फिर नहीं लाया, फिर उस जोत ने शरीर नूं ते शब्द नूं इकट्ठा करना है जिहनूं जोत ते जुगत दा सिधांत कहिंदे ने। उस शरीर ने खालसे नूं गुरु पंथ दे रूप च सिरज के कहा खालसा अकाल पुरख की फौज प्रगटे हो खालसा परमात्म की मौज, फिर प्रगट हो रहा है क्योंकि गुरु की शरीरक जोत है, खालसा प्रगट हो रहा है। तो प्रगट होए खालसे नूं लड़ की दे लाया जा रहा है, गुरु ग्रंथ जी मान्यो प्रगट गुरां की दे। सो गुरु नानक सच्चे पातशाह दे प्रगट होने तो लैके गुरु ग्रंथ साहिब महाराज के शब्द रूप च प्रगट होने तक यह जोत का विस्थापन है। जे कि सानू इन्नी कु सोझी पै जाए ना कि गुरु भी प्रगट होया, जोत प्रगट ही हुंदी है, जोत कदी भी नाशवान नहीं हुंदी, जिस तरह शब्द कदी भी खत्म नहीं हो सकता। ते फिर असी इन्हां देहधारियां तो पखंडियां तो मुक्ति लै सकते हैं, इन्हां तो मुक्त हो सकते हैं जे सानू इन्नी कु सोझी पै जाए कि जोत ते जुगत का सिद्धांत की है। खालसा जुगत है, पंथ जुगत है, ग्रंथ जोत है, ते जोत ते जुगत दा एकत्र होना जिहड़ा है उही जिहनूं असीं कहिंदे इकसार लगातार विकास दी प्रक्रिया है। खालसा पंथ दा विकास उन्ना चिर ही हो सकदा है जिन्ना चिर खालसा पंथ गुरु ग्रंथ साहिब महाराज दी जोत दे नाल जुड़िया होया, नहीं ते असीं दुविधा दा शिकार हां। उस विकास दे विच खलील जबरान कहिंदा है कि मनुखता दा विकास ते मनुखता दा अध्ययन ते मनुखता दा सुभा मनुखता दा चलन ते मनुखता दी दृष्टा जिहड़ी है तीन चीज़ां ते मुनसर है।
ਉਹ ਕਹਿੰਦਾ ਗੁਫਤਾਰ ਰਫਤਾਰ ਔਰ ਦਸਤਾਰ ਤਿੰਨ ਚੀਜ਼ਾਂ ਦੇ ਉੱਪਰ। ਮਨੁੱਖ ਦੀ ਦਸਤਾਰ ਕਿਵੇਂ ਦੀ ਹੈ, ਮਨੁੱਖ ਦੀ ਗੱਲਬਾਤ ਕਿਵੇਂ ਦੀ ਹੈ, ਮਨੁੱਖ ਦੀ ਚਾਲ ਕਿਵੇਂ ਦੀ ਹੈ। ਜਦੋਂ ਅਸੀਂ ਆਪਣੇ ਸਿੱਖ ਜੀਵਨ ਜਾਚ 'ਚ ਵੇਖਦੇ ਹਾਂ ਇੱਕ ਚੀਜ਼ ਹੋਰ ਆ ਜਾਂਦੀ ਹੈ, ਉਹ ਹੈ ਸੱਚ ਉਰੇ ਸਭ ਕੋ ਉੱਪਰ ਸੱਚ ਆਚਾਰ। ਸਿੱਖ ਜੀਵਨ ਜਾਚ 'ਚ ਆ ਜਾਂਦਾ ਕਿਰਦਾਰ ਦਸਤਾਰ ਰਫਤਾਰ ਅਤੇ ਗੁਫਤਾਰ। ਔਰ ਜਿੰਨਾ ਵੀ ਸਾਡਾ ਸੰਘਰਸ਼ ਹੈ ਇਹਨਾਂ ਚਾਰ ਹੀ ਚੀਜ਼ਾਂ ਦੇ ਉੱਪਰ ਟਿਕਿਆ ਹੋਇਆ, ਇਹਨਾਂ ਚਾਰ ਚੀਜ਼ਾਂ ਦੇ ਉੱਪਰ ਟਿਕਿਆ ਹੋਇਆ। ਜਿਸ ਕਿਰਦਾਰ ਦੀ ਗੱਲ ਕੀਤੀ ਹੈ, ਜੇਕਰ ਉਸ ਕਿਰਦਾਰ ਦੇ ਵਿੱਚ ਨਿਰੰਕਾਰ ਦੀ ਵਿਚਾਰ ਨਹੀਂ ਹੋਵੇਗੀ, ਮਨੁੱਖ ਕਰਮਕਾਂਡੀ ਹੋ ਜਾਵੇਗਾ, ਫਿਰ ਮਨੁੱਖ ਬਿਲਕੁਲ ਕਰਮਕਾਂਡੀ ਹੋ ਜਾਵੇਗਾ। ਜੇਕਰ ਜੀਵਨ ਦੇ ਵਿੱਚ ਸ਼ਬਦ ਦੀ ਵਿਚਾਰ ਨਹੀਂ ਹੈ, ਮਨੁੱਖ ਕਰਮਕਾਂਡੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਵੇਲੇ ਪਹਿਲਾ ਪ੍ਰਚਾਰਕ ਦੌਰਾ ਆਰੰਭ ਕੀਤਾ, ਲਾਹੌਰ ਪਹੁੰਚੇ, ਪਤਾ ਲੱਗਾ ਇੱਕ ਦੁਨੀ ਚੰਦ ਨਾਂ ਦਾ ਸੇਠ ਆਪਣੇ ਪਿਤਾ ਦੇ ਸਰਾਧ ਕਰ ਰਿਹਾ। ਸਰਾਧ ਜਦੋਂ ਅਸੀਂ ਬ੍ਰਹਮਨਿਸਟਿਕ ਜਿਹੜੇ ਗ੍ਰੰਥ ਨੇ, ਵਿਪਰਵਾਦੀ ਗ੍ਰੰਥ, ਉਹਨਾਂ ਦੇ ਵਿੱਚ ਚਾਰ ਤਰ੍ਹਾਂ ਦੇ ਸਰਾਧ ਨੇ, ਪਾਰਵਣ ਸ਼ਰਾਧ, ਨਿੱਤਿਆ ਸ਼ਰਾਧ, ਕੁਸ਼ਿਆ ਸ਼ਰਾਧ, ਮਹਾਲਿਆ ਸ਼ਰਾਧ, ਇਹ ਚਾਰ ਸ਼ਰਾਧ ਨੇ। ਪਤਾ ਲੱਗਾ ਕਿ ਦੁਨੀ ਚੰਦ ਆਪਣੇ ਪਿਤਾ ਦੇ ਸਰਾਧ ਕਰ ਰਿਹਾ। ਗੁਰੂ ਨਾਨਕ ਸੱਚੇ ਪਾਤਸ਼ਾਹ ਉਸਦੇ ਕੋਲ ਗਏ, ਪੁੱਛਿਆ ਜਾ ਕੇ ਦੁਨੀ ਚੰਦ ਕੀ ਕਰ ਰਿਹਾ। ਪਾਤਸ਼ਾਹ, ਮਹਾਤਮਾ ਜੀ ਉਹ ਸਰਾਧ ਕਰ ਰਹੇ ਹਨ। ਕਿਉਂ? ਕਿਉਂਕਿ ਮੇਰਾ ਕੁੱਲ ਗੁਰੂ, ਮੇਰਾ ਕੁੱਲ ਪੁਰੋਹਿਤ, ਮੇਰਾ ਕੁੱਲ ਪੰਡਿਤ ਕਹਿ ਰਿਹਾ ਹੈ ਕਿ ਸਰਾਧਾਂ ਦੇ ਦਿਨਾਂ ਦੇ ਵਿੱਚ ਦਿੱਤਾ ਹੋਇਆ ਦਾਨ ਤੇਰੇ ਪਿੱਤਰਾਂ ਤੱਕ ਪਹੁੰਚ ਜਾਵੇਗਾ। ਇਹ ਗੁਰੂ ਪੁਰਾਣ ਦੇ ਵਿੱਚ ਹੈ। ਜਿਹੜਾ ਗੁਰੂ ਪੁਰਾਣ ਹੈ ਉਹ ਇਸ ਗੱਲ ਨੂੰ ਮੰਨਦਾ ਹੈ ਕਿ ਮਨੁੱਖ ਦੀ ਮੌਤ ਤੋਂ ਬਾਅਦ ਪਿੱਤਰ ਲੋਕ ਦੇ, ਸਵਰਗਾਂ ਦੇ ਜਾਂ ਨਰਕਾਂ ਦੇ ਦਰਵਾਜ਼ੇ 13 ਮਹੀਨੇ ਖੁੱਲ੍ਹੇ ਰਹਿੰਦੇ ਨੇ, ਅਤੇ ਉਹਨਾਂ 13 ਮਹੀਨਿਆਂ ਦੇ ਵਿੱਚ ਤੁਸੀਂ ਜੋ ਵੀ ਬਜ਼ੁਰਗਾਂ ਵਾਸਤੇ ਉੱਪਰ ਭੇਜਣਾ ਭੇਜ ਸਕਦੇ ਹੋ। ਇਸੇ ਕਰਕੇ ਅਸੀਂ ਸਾਲ ਤੋਂ ਪਹਿਲਾਂ ਵਰੀਣੇ ਦੇ ਭੋਗ ਦੀ ਰਸਮ ਸ਼ੁਰੂ ਕਰ ਲਈ ਹੈ। ਸਿੱਖਾਂ ਨੇ ਵੀ, ਅਸੀਂ ਵੀ ਅੱਧੇ ਕੁ ਬ੍ਰਾਹਮਣਵਾਦੀ ਹੁੰਦੇ ਜਾ ਰਹੇ ਕਿ ਸਾਲ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਕੁ ਚੀਜ਼ਾਂ ਦਾਨ ਕਰਨੀਆਂ ਭੇਜ ਦਿਉ, ਬਾਅਦ 'ਚ ਦਰਵਾਜ਼ੇ ਬੰਦ ਹੋ ਜਾਣੇ। ਇਹ ਸਾਡੀ ਰਸਮ ਨਹੀਂ ਸੀ, ਸਾਨੂੰ ਤਾਂ ਗੁਰੂ ਪਾਤਸ਼ਾਹ ਨੇ ਕਹਿ ਤਾ ਜੀਵਤ ਪਿੱਤਰ ਨਾ ਮਾਨੇ ਕਉ, ਮੋਏ ਸਰਾਧ ਕਰਾਹੀ, ਪਿੱਤਰ ਵੀ ਵਪਰੇ ਕਹਾ ਕੋ ਪਾਵੈ, ਕਉਆ ਕੂਕਰ ਖਾਹੀ। ਸਾਨੂੰ ਤਾਂ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਜੇ ਸਰਾਧ ਕਰਨੇ ਆ ਤਾਂ ਜੀਂਦੇ ਮਾਂ ਪਿਓ ਦੇ ਕਰੋ, ਜੀਂਦਿਆਂ ਦੀ ਸੇਵਾ ਕਰੋ, ਜੀਂਦਿਆਂ ਦੇ ਮੂੰਹ 'ਚ ਰੋਟੀ ਪਾਓ, ਉਹਨਾਂ ਦੇ ਮੂੰਹ 'ਚ ਪਾਣੀ ਪਾਓ, ਮਰਨ ਤੋਂ ਬਾਅਦ ਲੰਗਰ ਲਾਉਣ ਦਾ ਕੀ ਫਾਇਦਾ। ਪਿੱਤਰ ਵੀ ਵਪਰੇ ਕਹਾ ਕਿਉਂ ਪਾਵੇ, ਜੀਂਦਿਆਂ ਪਾਣੀ ਨਹੀਂ ਸੁੱਟਦੇ, ਮਰਨ ਤੋਂ ਬਾਅਦ ਉੱਤੋਂ ਦੀ ਗਿਰੀਆਂ ਛੁਹਾਰੇ ਵੀ ਸੁੱਟਦੇ ਹੈ। ਅਤੇ ਗੁਰਬਾਣੀ ਕਹਿ ਰਹੀ ਕਊਆ ਕੂਕਰ ਖਾਹੀ, ਕਾਂ ਖਾ ਜਾਂਦੇ ਨੇ, ਕੁੱਤੇ ਖਾ ਜਾਂਦੇ, ਮਨੁੱਖ ਤੱਕ ਕੁਛ ਨਹੀਂ ਪਹੁੰਚਦਾ। ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਹੁੰਚਦੇ ਨਹੀਂ, ਪੈਂਦੇ ਨੇ ਦੁਨੀ ਚੰਦ ਕੀ ਸੱਚਮੁੱਚ ਇਹ ਵਸਤਾਂ ਉੱਪਰ ਪਹੁੰਚ ਜਾਣਗੀਆਂ? ਹਾਂ ਪਾਤਸ਼ਾਹ, ਕਿਉਂ ਨਹੀਂ, ਸਾਡੇ ਪੰਡਿਤ ਜੀ ਕਹਿ ਰਹੇ ਨੇ, ਮੰਤਰੀ ਇਹੋ ਜਿਹੇ ਮਾਰਨੇ ਨੇ, ਪਹੁੰਚ ਜਾਣੀਆਂ ਨੇ ਉੱਪਰ। ਪਾਤਸ਼ਾਹ ਨੇ ਆਪਣੇ ਬਗਲ 'ਚੋਂ ਕੱਢ ਕੇ ਇੱਕ ਸੂਈ ਦੇ ਦਿੱਤੀ। ਦੁਨੀ ਚੰਦ, ਜਿਸ ਪੰਡਿਤ ਨੇ ਸਰਾਧਾਂ ਦੀ ਤੇਰੀ ਰਸਮ ਕਰਨੀ ਹੈ ਨਾ ਪਿਤਾ ਦੀ, ਜਿੱਥੇ ਉਹਨੇ ਇੰਨੇ ਬਰਤਨ ਬਸਤਰ ਤੇਰੇ ਪਿਤਾ ਵਾਸਤੇ ਖੀਰ ਕੜਾਹ ਉੱਪਰ ਭੇਜਣਾ ਹੈ ਨਾ, ਉੱਥੇ ਉਹਨੂੰ ਕਹੀ ਇੱਕ ਸੂਈ ਵੀ ਮੇਰੀ ਉੱਪਰ ਭੇਜ ਦੇਵੇ। ਪਾਤਸ਼ਾਹ ਤਾਂ ਇਹ ਕਹਿ ਕੇ ਭਾਈ ਮਰਦਾਨੇ ਨੂੰ ਕਹਿ ਕੇ ਬਾਹਰ ਚਲੇ ਗਏ, ਲਾਹੌਰ ਸ਼ਹਿਰ ਦੇ ਬਾਹਰ ਜਾ ਕੇ ਡੇਰਾ ਕੀਤਾ। ਅਤੇ ਜਦੋਂ ਪੰਡਿਤ ਜੀ ਨੇ ਛਕਿਆ ਪ੍ਰਸ਼ਾਦਾ, ਅਤੇ ਜਦੋਂ ਦੇਣ ਲੱਗੇ ਮਹਾਂਮੁਕਤੀ ਮੰਤਰ, ਦੁਨੀ ਚੰਦ ਨੂੰ ਕਹਿ ਕੇ ਮੇਰੇ ਪਿੱਛੇ ਪਿੱਛੇ ਪੜ ਮੰਤਰ, ਅਤੇ ਦੁਨੀ ਚੰਦ ਨੇ ਕੱਢ ਕੇ ਅੱਗੇ ਸੂਈ ਰੱਖ ਦਿੱਤੀ। ਪੰਡਿਤ ਜੀ, ਮੇਰੇ ਘਰ ਇੱਕ ਮਹਾਤਮਾ ਆਏ ਸੀ, ਉਹ ਆ ਸੂਈ ਦੇ ਗਏ ਨੇ, ਅਤੇ ਕਹਿੰਦੇ ਸੀ ਕਿ ਇਹ ਸੂਈ ਉੱਪਰ ਪਹੁੰਚਾ ਦਿਓ ਤੁਸੀਂ ਪਿੱਤਰ ਲੋਕ 'ਚ, ਮੈਂ ਆਪੇ ਜਾ ਕੇ ਲੈ ਲੂੰਗਾ। ਅਤੇ ਹੁਣ ਪੰਡਿਤ ਜੀ ਦਾ ਰੰਗ ਪੀਲਾ ਪੈ ਗਿਆ ਕਿ ਸੂਈ ਉੱਪਰ ਕਿਤਨਾ ਭੇਜਣੀ ਹੈ, ਨਹੀਂ ਦੁਨੀ ਚੰਦ ਸੂਈ ਤੋਂ ਉੱਪਰ ਨਹੀਂ ਜਾ ਸਕਦੀ। ਕਹਿੰਦਾ ਫਿਰ ਪੰਡਿਤ ਜੀ, ਇੰਨੀਆਂ ਥਾਲੀਆਂ ਗਲਾਸ ਕਿਤਨਾ ਜਾਣੇ ਨੇ ਜੇ ਸੂਈ ਨਹੀਂ ਜਾ ਸਕਦੀ? ਦੁਨੀ ਚੰਦ ਸੁੱਝ ਹੀ ਆ ਗਈ, ਜੋਤ ਦਾ ਪ੍ਰਕਾਸ਼ ਹੋ ਗਿਆ, ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪੈਰਾਂ 'ਚ ਆ ਕੇ ਡਿੱਗ ਗਿਆ। ਅਤੇ ਪਾਤਸ਼ਾਹ ਨੂੰ ਕਹਿੰਦਾ, ਪਾਤਸ਼ਾਹ ਭੁੱਲ ਹੋ ਗਈ, ਸੱਚਮੁੱਚ ਉੱਪਰ ਦਾ ਕੁਛ ਨਹੀਂ ਜਾ ਸਕਦਾ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਿਰ ਅਗਲੀ ਉਦਾਹਰਨ ਦਿੱਤੀ ਸਮਝਾਉਣ ਲਈ। ਅਸੀਂ ਆਸਾ ਦੀ ਵਾਰ 'ਚ ਰੋਜ਼ ਪੜ੍ਹਦੇ ਹਾਂ, ਅਮਲ ਨਹੀਂ ਕਰਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੰਨੀ ਸੋਹਣੀ ਉਦਾਹਰਨ ਦਿੱਤੀ ਨਾ, ਕਹਿੰਦੇ ਵੇਖ ਦੁਨੀ ਚੰਦ, ਮੈਂ ਤੈਨੂੰ ਇੱਕ ਉਦਾਹਰਨ ਹੋਰ ਦਿੰਦਾ। ਜੇ ਮੁਹਾਕਾ ਘਰ ਮੋਏ,
ਮੁਹਾਕਾ ਕਹਿੰਦੇ ਨੇ ਚੋਰ ਨੂੰ। ਦੁਨੀ ਚੰਦ, ਜੇ ਕਿਸੇ ਚੋਰ ਦੇ ਪਿਤਾ ਦੀ ਮੌਤ ਹੋ ਜੇ, ਘਰ ਮੈਂ ਪਿੱਤਰੀ ਦੇ, ਤੇ ਚੋਰ ਦੇ ਮਨ ਚ ਵੀ ਹੋਵੇਗਾ ਨਾ ਕਿ ਜੇ ਦੁਨੀਆਂ ਦੇ ਬਾਪੂ ਉੱਤੇ ਜਾ ਕੇ ਖੀਰ ਖਾਈ ਜਾਂਦੇ ਆ ਤੇ ਮੇਰਾ ਬਾਪੂ ਭੁੱਖਾ ਕਿਉਂ ਰਵੇ। ਚੋਰ ਵੀ ਆਪਣੇ ਘਰ ਚ ਸਰਾਧ ਕਰੇ। ਤੇ ਕਹਿੰਦੇ ਨੇ ਕਿ ਜੇ ਮੁਹਾਕਾ ਘਰ ਮੋਏ, ਘਰ ਮੈਂ ਪਿੱਤਰੀ ਦੇ, ਪਰ ਚੋਰ ਦੇ ਘਰ ਦੇ ਵਿੱਚ ਜੋ ਕੁਝ ਆ ਸਭ ਕੁਝ ਚੋਰੀ ਦਾ, ਬਰਤਨ ਚੋਰੀ ਦੇ, ਵਸਤਰ ਚੋਰੀ ਦੇ, ਧਨ ਚੋਰੀ ਦਾ, ਅੰਨ ਪਦਾਰਥ ਚੋਰੀ ਦਾ। ਤੇ ਪਾਤਸ਼ਾਹ ਕਹਿੰਦੇ ਜੇ ਸੱਚਮੁੱਚ ਇਹ ਚੀਜ਼ਾਂ ਉੱਪਰੀਆਂ ਚਲੇ ਜਾਣ, ਜੇ ਸੱਚਮੁੱਚ ਹੀ, ਜੇ ਮੁਹਾਕਾ ਘਰ ਮੋਏ, ਘਰ ਮੈਂ ਪਿੱਤਰੀ ਦੇ, ਚੋਰ ਦੇ ਪਿਤਾ ਦੀ ਮੌਤ ਹੋਵੇ, ਚੋਰ ਪੰਡਿਤ ਜੀ ਨੂੰ ਸੱਦੇ, ਸਰਾਧ ਕਰੇ, ਸਾਰੀਆਂ ਚੀਜ਼ਾਂ ਭੇਟ ਕਰੇ, ਹੁਣ ਸਾਰੀਆਂ ਚੋਰੀ ਦੀਆਂ। ਤੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਦੇ ਘਰ ਚੋਂ ਵਸਤਾਂ ਚੋਰੀ ਕੀਤੀਆਂ ਉਹਨਾਂ ਦੇ ਵੱਡੇ ਵਡੇਰੇ ਮਰ ਕੇ ਵੀ ਉੱਪਰ ਹੀ ਬੈਠੇ ਆ, ਫਿਰ ਅੱਗੇ ਵਸਤ ਸਿਆਣੀਏ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਰਹੇ ਮੈਂ ਨੀ, ਅੱਗੇ ਵਸਤ ਸਿਆਣੀਏ, ਜੇ ਉਹਨਾਂ ਨੇ ਆਪਣੀਆਂ ਚੀਜ਼ਾਂ ਪਛਾਣ ਲਈਆਂ। ਪਿੱਤਰੀ ਚੋਰ ਕਰੇ, ਉਹਨਾਂ ਚੋਰ ਦਾ ਬਾਪੂ ਢਾਹ ਲੈਣਾ, ਤੁਹਾਡਾ ਮੁੰਡਾ ਤਾਂ ਥੱਲੇ ਸਾਡੇ ਘਰੋਂ ਸਮਾਨ ਚੋਰੀ ਕਰਕੇ ਉੱਪਰ ਭੇਜੀ ਜਾਂਦਾ, ਤੇ ਫਿਰ ਦੋਸ਼ੀ ਕੌਣ ਹੈ? ਪਾਤਸ਼ਾਹ ਕਹਿੰਦੇ ਵੱਡੀਏ ਹੱਥ ਦਲਾਲ ਕੇ, ਪੰਡਿਤ ਜੀ ਜਿਹੜੇ ਚੋਰੀ ਦਾ ਮਾਲ ਮਾਤਲੁਕ ਤੋਂ ਲੈ ਕੇ ਉੱਪਰ ਸਮਗਲ ਕਰੀ ਜਾ ਰਹੇ ਨੇ। ਪਰ ਪਾਤਸ਼ਾਹ ਕਹਿੰਦੇ ਜਾਣਾ ਕੁਛ ਨਹੀਂ ਜੇ, ਨਾਨਕ ਅੱਗੇ ਸੇ ਮਿਲੇ ਜੇ ਖੱਟੇ ਘਾਲੇ ਦੇ। ਗੁਰੂ ਦੇ ਨਾਲ ਜੁੜਨਾ, ਇਸ ਸ਼ਬਦ ਤੇ ਜੋਤ ਦਾ ਪ੍ਰਕਾਸ਼ ਹੋ ਜਾਣਾ, ਇਹੀ ਸਾਡੇ ਨਾਲ ਜਾ ਸਕਦਾ, ਹੋਰ ਕੁਛ ਨਹੀਂ ਜਾ ਸਕਦਾ। ਪੰਜਾਬੀ ਦੀਆਂ ਲੋਕ ਧਾਰਾਵਾਂ ਦੇ ਵਿੱਚ ਇਹ ਜਿਹੜੀਆਂ ਛੋਟੀਆਂ ਛੋਟੀਆਂ ਕਹਾਣੀਆਂ ਹੁੰਦੀਆਂ ਨੇ, ਬੇਸ਼ੱਕ ਇਹ ਵਿਅੰਗ ਹੁੰਦੇ ਨੇ, ਪਰ ਇਹ ਸਮਝਣ ਦੇ ਵਾਸਤੇ ਹੁੰਦੀਆਂ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਇਹਦਾ ਏਡਾ ਰੂਪ ਪ੍ਰਚਲਿਤ ਕਰ ਦਿੱਤਾ ਹੈ ਕਿ ਹਰ ਮਨੁੱਖ ਨੂੰ ਸੋਝੀ ਆ ਸਕਦੀ ਹੈ ਕਿ ਸੱਚਮੁੱਚ ਜੇ ਚੀਜ਼ਾਂ ਉੱਪਰ ਜਾਂਦੀਆਂ ਹੋਣ ਤਾਂ ਚੋਰਾਂ ਦੇ ਵਡੇਰਿਆਂ ਦਾ ਕੀ ਬਣੇਗਾ। ਇਸੇ ਤਰ੍ਹਾਂ ਜਿਹੜਾ ਪੰਜਾਬੀ ਲੋਕ ਧਾਰਾ ਕੋਸ਼ ਹੈ, ਉਹਦੇ ਵਿੱਚ ਵੀ ਜ਼ਿਕਰ ਹੈ ਕਿ ਕਿਸੇ ਜ਼ਿਮੀਦਾਰ ਦੇ ਪਿਤਾ ਦੀ ਮੌਤ ਹੋ ਗਈ, ਕਿਤੇ ਕਣਕ ਵੀ ਕਿਤੇ ਬਰਬਾਦ ਹੋ ਗਈ ਹੋਣੀ, ਕਿਤੇ ਫਸਲ ਮਾਰ ਹੋ ਗਈ ਮੌਸਮ ਦੇ ਨਾਲ, ਘਰ ਦੇ ਵਿੱਚ ਕੁਝ ਨਾ ਹੋਇਆ, ਪਿਓ ਦੇ ਸਰਾਧ ਨਾ ਕਰ ਸਕਿਆ। ਪਿੰਡ ਦੇ ਪੰਡਿਤ ਜੀ ਨੂੰ ਪਤਾ ਲੱਗਾ ਕਿ ਅੱਜ ਇਹਨੇ ਸਰਾਧ ਨਹੀਂ ਕੀਤਾ, ਕੱਲ ਨੂੰ ਕੋਈ ਹੋਰ ਨਹੀਂ ਕਰੇਗਾ, ਪਰਸੋਂ ਨੂੰ ਕੋਈ ਹੋਰ ਨਹੀਂ ਕਰੇਗਾ, ਗੱਲ ਸਹਿ ਦੀ ਨਹੀਂ ਹੈ, ਗੱਲ ਤੇ ਪਏ ਦੀ ਹੈ। ਗਿਆ ਕਿਸਾਨ ਦੇ ਘਰ, ਜਾ ਕੇ ਕਹਿੰਦਾ ਤੇਰੇ ਪਿਤਾ ਦੀ ਮੌਤ ਹੋਈ ਸੀ? ਕਹਿੰਦਾ ਹਾਂਜੀ ਪੰਡਿਤ ਜੀ। ਕਹਿੰਦਾ ਤੂੰ ਸਰਾਧ ਨਹੀਂ ਕੀਤੇ? ਕਹਿੰਦਾ ਹਾਂਜੀ ਪੰਡਿਤ ਜੀ, ਮੈਂ ਨਹੀਂ ਕਰ ਸਕਿਆ। ਕਹਿੰਦਾ ਫਿਰ ਤੇਰਾ ਬਾਪੂ ਤਾਂ ਪਿੱਤਰ ਲੋਕ 'ਚ ਭੁੱਖਾ ਬੈਠਾ ਹੈ, ਅਤੇ ਉਹ ਰੋਜ਼ ਮੈਨੂੰ ਆ ਕੇ ਸੁਪਨੇ 'ਚ ਕਹਿੰਦਾ ਹੈ ਕਿ ਮੇਰੇ ਪਿਓ ਨੂੰ ਕਹਿ, ਪੁੱਤ ਨੂੰ ਕਹਿ ਸਰਾਧ ਕਰਾਵੇ, ਮੈਂ ਤਾਂ ਭੁੱਖਾ ਬੈਠਾ। ਪੰਡਿਤ ਜੀ ਵਿਚਾਰਿਆਂ ਨੇ ਡਰਾ ਦਿੱਤਾ ਕਿਸਾਨ ਨੂੰ, ਅਤੇ ਉਹ ਵਿਚਾਰਾ ਡਰ ਗਿਆ। ਮਾੜੇ ਮੋਟੇ ਕਿਸੇ ਕੋਲ ਪੈਸੇ ਉਧਾਰ ਫੜ ਕੇ ਕਹਿੰਦਾ ਪੈਸੇ ਕਿੰਨੇ ਕੁ ਲੱਗਣੇ ਨੇ? ਪੰਡਿਤ ਜੀ ਕਹਿੰਦੇ 200 ਰੁਪਈਆ ਲੱਗਣਾ। ਕਹਿੰਦਾ ਕਿ ਇੰਨੇ ਤਾਂ ਮੇਰੇ ਘਰ ਹੈ ਨਹੀਂ, ਚੱਲ ਇਸ ਤਰ੍ਹਾਂ ਕਰ 100 ਰੁਪਈਏ ਦਾ ਇੰਤਜ਼ਾਮ ਕਰ ਲਾ, ਅਸੀਂ ਥੋੜ੍ਹਾ ਜਿਹਾ ਛੋਟਾ ਸਰਾਧ ਕਰ ਲਾਂਗੇ। ਪੰਡਿਤ ਜੀ ਮੇਰੇ ਕੋਲ ਤਾਂ ਇੰਨੇ ਵੀ ਹੈ ਨਹੀਂ। ਤੇਰੇ ਕੋਲ ਕਿੰਨੇ ਨੇ? ਕਹਿੰਦਾ ਸਾਡੇ ਘਰ ਤਾਂ 20-25 ਰੁਪਈਏ ਹੈ। ਕਹਿੰਦੇ ਉਹ ਹੀ ਲੈ ਆ, ਸ਼ਰਾਧਾ ਸ਼ਰਾਧੀ ਕਰ ਲਾਂਗੇ ਅਸੀਂ, ਹੋਰ ਛੋਟੀ ਕਰ ਲਾਂਗੇ। ਵਿਚਾਰਾ ਬਹਿ ਗਿਆ ਕਿਸਾਨ ਸਾਹਮਣੇ, ਘਰ ਵਾਲੀ ਨੇ ਖੀਰ ਕੜਾਹ ਬਣਾ ਦਿੱਤਾ ਪੰਡਿਤ ਜੀ ਨੂੰ ਖਾਣ ਦੇ ਵਾਸਤੇ। ਇਹ ਵੀ ਸਾਡੇ 'ਚ ਇੱਕ ਰਸਮ ਹੀ ਆ, ਬਾਪੂ ਭਾਵੇਂ ਸ਼ੂਗਰ ਨਾਲ ਮਰਿਆ ਹੋਵੇ, ਅਸੀਂ ਕੜਾਹ ਜ਼ਰੂਰ ਖਵਾਉਂਦੇ ਪੰਡਿਤਾਂ ਨੂੰ, ਉੱਤੇ ਜਾ ਕੇ ਵਿਚਾਰਾ ਤੰਗ ਹੁੰਦਾ ਰਹੇ। ਇਹ ਵੀ ਸਾਡੇ 'ਚ ਇੱਕ ਰਸਮ ਹੀ ਆ। ਜਾ ਕੇ ਪੰਡਿਤ ਜੀ ਦੇ ਸਾਹਮਣੇ ਵਿਚਾਰਾ ਕਿਸਾਨ ਬੈਠ ਗਿਆ ਅਤੇ ਕਹਿੰਦਾ ਪੰਡਿਤ ਜੀ ਕਰਨਾ ਕੀ ਹੈ? ਕਹਿੰਦਾ ਕਰਨਾ ਕੁਛ ਨਹੀਂ, ਜੋ ਮੈਂ ਕਹਿਣਾ ਤੂੰ ਮੇਰੇ ਪਿੱਛੇ ਪਿੱਛੇ ਕਹਿਣਾ। ਮਹਾਂਮੁਕਤੀ ਮੰਤਰ ਦੇਣ ਲੱਗ ਗਿਆ, ਸਾਹਮਣੇ ਚੌਂਕੜਾ ਮਾਰ ਕੇ ਬੈਠ ਗਿਆ ਅਤੇ ਪੰਡਿਤ ਜੀ ਕਹਿੰਦੇ ਕਹਿ ਓਮ, ਅੱਗੋਂ ਜੱਟ ਵੀ ਕਹਿੰਦਾ ਕਹਿ ਓਮ। ਕਹਿੰਦਾ ਤੂੰ ਸਿਰਫ ਓਮ ਕਹਿਣਾ, ਤੂੰ ਕਹਿ ਨਹੀਂ ਕਹਿਣਾ। ਅੱਗੋਂ ਵੀ ਕਹਿੰਦਾ, ਕਹਿੰਦਾ ਪੰਡਤਾ ਤੂੰ ਸਿਰਫ ਓਮ ਕਹਿਣਾ ਹੈ, ਕਹਿ ਨਹੀਂ ਕਹਿਣਾ, ਕਿਉਂਕਿ ਆਪੇ ਤੇ ਕਹਿ ਬੈਠਾ ਸੀ ਮੇਰੇ ਪਿੱਛੇ ਪਿੱਛੇ ਸਭ ਕੁਝ ਕਹਿਣਾ। ਉਹ ਪੰਡਿਤ ਫਿਰ ਕਹਿੰਦਾ, ਕਹਿੰਦਾ ਯਾਰ ਤੂੰ ਕਮਲਾਤ ਨਹੀਂ ਹੋ ਗਿਆ? ਅੱਗੋਂ ਵੀ ਕਹਿੰਦਾ ਪੰਡਤਾ ਤੂੰ ਕਮਲਾਤ ਨਹੀਂ ਹੋ ਗਿਆ? ਕਿਤੇ ਥੋੜ੍ਹਾ ਜਿਹਾ ਗੁੱਸਾ ਚੜ ਗਿਆ। ਪੰਡਿਤ ਕਹਿੰਦਾ ਤੂੰ ਤੇ ਬਿਲਕੁਲ ਹੀ ਮੂਰਖ ਹੈ। ਅੱਗੋਂ ਜੱਟ ਵੀ ਕਹਿੰਦਾ ਪੰਡਤਾ ਤੂੰ ਵੀ ਮੂਰਖ ਹੈ। ਪੰਡਿਤ ਨੂੰ ਕਿਤੇ ਖਿੱਚ ਚੜੀ, ਉਹਨੇ ਇੱਕ ਥੱਪੜ ਮਾਰਤਾ, ਜੱਟ ਨੇ ਕੋਈ 2 ਮਾਰਤੇ, ਵੀ ਇਹ ਵੀ ਸ਼ਾਇਦ ਸ਼ਰਾਧਾਂ ਦੀ ਕਿਰਿਆ ਹੀ ਹੈ। ਫਿਰ ਕਦੀ ਪੰਡਿਤ ਜੀ ਉੱਪਰ ਤੇ ਕਦੀ ਜੱਟ ਉੱਪਰ, ਜਦੋਂ ਪੰਡਿਤ ਜੀ ਦੇ ਹੋਣ ਲੱਗੇ ਸਵਾਸ ਪੂਰੇ, ਕਹਿੰਦੇ ਬੱਸ ਕਰ, ਤੇ ਅੱਗੋਂ ਜੱਟ ਹੱਥ ਜੋੜ ਕੇ ਕਹਿੰਦਾ ਪੰਡਿਤ ਜੀ ਸ਼ਰਾਧ ਹੋ ਗਏ ਨੇ? ਕਹਿੰਦਾ ਸ਼ੁਕਰ ਕਰ ਸ਼ਰਾਧੀ ਸੀ, ਜੇ ਸ਼ਰਾਧ ਹੁੰਦੇ ਫਿਰ ਪਤਾ ਨਹੀਂ ਕੀ ਬਣਨਾ ਸੀ, ਸ਼ੁਕਰ ਕਰ ਸ਼ਰਾਧੀ ਸੀ। ਸੋ ਸਾਡੇ ਵਿੱਚ ਵਿਚਾਰ ਦੀ ਪ੍ਰਕਿਰਿਆ ਖਤਮ ਹੋ ਗਈ, ਕਰਮਕਾਂਡ ਨੇ ਜਨਮ ਲੈ ਲਿਆ। ਜਿੰਨਾ ਚਿਰ ਵਿਚਾਰ ਦੀ ਪ੍ਰਕਿਰਿਆ ਜਨਮ ਨਹੀਂ ਲਵੇਗੀ, ਉਹਨਾਂ ਚਿਰ ਕੌਮੀਅਤ ਦੇ ਵਿੱਚੋਂ ਕਰਮਕਾਂਡ ਨਹੀਂ ਜਾ ਸਕਦੇ।
ਸੋ ਕਿਰਦਾਰ ਕੌਮ ਦਾ ਉਦੋਂ ਜਨਮ ਲੈਂਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਹਿਲਾਂ ਕਰਮਕਾਂਡ ਦਾ ਖੰਡਨ ਕੀਤਾ, ਫਿਰ ਕੌਮੀ ਕਿਰਦਾਰ ਦੀ ਗੱਲ ਕੀਤੀ ਹੈ। ਸੱਚੋ ਉਰੋ ਸਭ ਕੋ, ਪਹਿਲਾਂ ਉਹਨਾਂ ਨੇ ਇਹ ਦੱਸ ਦਿੱਤਾ ਕਿ ਸਭ ਕੁਝ ਸੱਚ ਤੋਂ ਥੱਲੇ ਹੈ, ਤੇ ਸੱਚ ਕੀ ਹੈ? ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ, ਸ਼ਬਦ ਸੱਚ ਹੈ, ਸਭ ਕੁਝ ਸੱਚ ਤੋਂ ਥੱਲੇ ਹੈ, ਪਰ ਇਸ ਸੱਚ ਦੇ ਉੱਪਰ ਤੁਰਨ ਦੇ ਵਾਸਤੇ ਕਿਰਦਾਰ ਦੀ ਲੋੜ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਵੇਲੇ ਸ਼੍ਰੀ ਲੰਕਾ ਗਏ ਨੇ ਪੁਰਾਤਨ ਜਨਮ ਸਾਖੀਆਂ 'ਚ, ਉਸ ਸਮੇਂ ਇਸ ਨੂੰ ਸੰਗਲਾ ਦੀਪ ਆਖਿਆ ਜਾਂਦਾ ਸੀ। ਉੱਥੇ ਗਏ, ਉੱਥੋਂ ਦਾ ਰਾਜਾ ਸ਼ਿਵਨਾਭ ਅਜੇ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਨਹੀਂ ਸੀ, ਪਰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਚੁੱਕਾ ਸੀ, ਅਜੇ ਮਿਲਿਆ ਨਹੀਂ ਸੀ। ਸਿੱਖ ਕਿਵੇਂ ਬਣ ਗਿਆ? ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਰਹੇ ਨੇ, ਤੇ ਜਿਹੜਾ ਸੁਲਤਾਨਪੁਰ ਲੋਧੀ ਹੈ ਇਹ ਕੋਈ ਐਵੇਂ ਜੀ ਜਗ੍ਹਾ ਨਹੀਂ ਸੀ। ਸੁਲਤਾਨਪੁਰ ਲੋਧੀ ਸੁਲਤਾਨ ਖਾਨ ਲੋਧੀ ਨੇ ਵਸਾਇਆ ਸੀ, ਤੇ ਇਸਲਾਮ ਦੀ ਵਿੱਦਿਆ ਦਾ ਸਭ ਤੋਂ ਵੱਡਾ ਕੇਂਦਰ ਸੀ ਗੁਰੂ ਨਾਨਕ ਸਾਹਿਬ ਦੇ ਸਮੇਂ। ਮਿਰਜ਼ਾ ਮੁਹੰਮਦ ਸੁਲੇਮਾਨੀ ਤੇ ਸੁਲਤਾਨਪੁਰੀ ਇਹ ਇਹੋ ਜਿਹੇ ਇਸਲਾਮ ਦੇ ਸਕਾਲਰ ਸੀ ਜਿਨ੍ਹਾਂ ਦੇ ਕੋਲ ਔਰੰਗਜ਼ੇਬ ਵੀ ਪੜ੍ਹਿਆ ਤੇ ਜਿਨ੍ਹਾਂ ਦੇ ਕੋਲ ਜਹਾਂਗੀਰ ਵੀ ਪੜ੍ਹਿਆ। ਦਿੱਲੀ ਦੇ ਬਾਦਸ਼ਾਹ ਜਿਹੜੇ ਨੇ ਸੁਲਤਾਨਪੁਰ ਲੋਧੀ ਪੜ੍ਹਦੇ ਰਹੇ ਨੇ, ਵਿੱਦਿਆ ਦਾ ਇੰਨਾ ਵੱਡਾ ਕੇਂਦਰ ਸੀ। ਸੁਲਤਾਨਪੁਰ ਲੋਧੀ ਉਸ ਸਮੇਂ ਕਹਿ ਸਕਦੇ ਹੋ ਕਿ ਹਿੰਦੁਸਤਾਨ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੀ, ਜਿਸ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਵਾਇਜ਼ਾਂ ਨੂੰ ਝੁਕਾ ਕੇ ਗੁਰੂ ਨਾਨਕ ਸਾਹਿਬ ਨੇ ਇਹ ਉਪਦੇਸ਼ ਦਿੱਤਾ ਸੀ, ਨਾ ਹਮ ਹਿੰਦੂ ਨਾ ਮੁਸਲਮਾਨ। ਇਹ ਕੋਈ ਛੋਟੀ ਗੱਲ ਨਹੀਂ ਸੀ, ਬਹੁਤ ਵੱਡੀ ਗੱਲ ਸੀ, ਜਿੱਥੇ ਸਾਰੇ ਇਸਲਾਮ ਦੇ ਸਕਾਲਰ ਸੀ ਉਸ ਵੇਲੇ, ਇਸਲਾਮ ਦੇ ਪੜ੍ਹੇ ਲਿਖੇ ਵਿਅਕਤੀ ਜਿਹੜੇ ਸਾਰੇ ਸੁਲਤਾਨਪੁਰ ਲੋਧੀ ਰਹਿੰਦੇ ਸੀ, ਹਿੰਦੁਸਤਾਨ ਦੇ ਬਾਦਸ਼ਾਹ ਪੜ੍ਹਨ ਦੇ ਵਾਸਤੇ ਇੱਥੇ ਆਉਂਦੇ ਸੀ। ਉੱਥੇ ਭਾਈ ਭਗੀਰਥ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਿੱਖ ਬਣਿਆ। ਭਾਈ ਭਗੀਰਥ ਵਪਾਰ ਕਰਦਾ ਸੀ, ਲਾਹੌਰ ਗਿਆ ਤੇ ਭਾਈ ਮਨਸੁਖ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਸੁਣ ਕੇ, ਜੇ ਗੁਰੂ ਨਾਨਕ ਸਾਹਿਬ ਨੂੰ ਤੱਕਿਆ ਵੀ ਨਹੀਂ, ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ। ਇਹ ਜਿਹੜਾ ਭਾਈ ਮਨਸੁਖ ਹੈ ਇਹ ਵਪਾਰ ਕਰਦਾ ਸੀ ਸੰਗਲਾ ਦੀਪ ਨੂੰ, ਜਹਾਜ਼ ਲੈ ਕੇ ਜਾਂਦਾ ਸੀ। ਇਹਦੇ ਤੋਂ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਸੁਣ ਕੇ ਸੰਗਲਾ ਦੀਪ ਦਾ ਰਾਜਾ ਸਿੱਖ ਬਣ ਗਿਆ, ਤੱਕਿਆ ਕਿਸੇ ਨੇ ਵੀ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਉੱਥੇ ਗਏ, ਜਿਸ ਵੇਲੇ ਉੱਥੇ ਗਏ ਰਾਜੇ ਨੂੰ ਰਾਜੇ ਦੇ ਕਨੀਜ਼ ਨੇ ਨੌਕਰਾਂ ਨੇ ਸੁਨੇਹਾ ਦਿੱਤਾ ਕਿ ਤੇਰੇ ਬਾਗ ਦੇ ਵਿੱਚ ਆ ਕੇ ਕੋਈ ਮਹਾਂਪੁਰਸ਼, ਕੋਈ ਐਸਾ ਮਹਾਤਮਾ ਬੈਠਾ ਹੈ ਕਿ ਉਹਦੇ ਨਾਲ ਇੱਕ ਸੁਨਿੰਦਾ ਹੈ ਜਿਸਨੇ ਇੰਨੇ ਪਿਆਰ ਦੇ ਨਾਲ ਰਬਾਬ ਨੂੰ ਛੇੜਿਆ ਕਿ ਵਜ਼ਦ ਦੇ ਵਿੱਚ ਆ ਕੇ ਪਸ਼ੂ ਪੰਛੀ ਵੀ ਉਸਦੀ ਕਲਾਮ ਨੂੰ ਸੁਣ ਰਹੇ ਨੇ। ਤੇ ਰਾਜਾ ਸ਼ਿਵਨਾਭ, ਜੇਕਰ ਅਸੀਂ ਰਾਜ ਦੀ ਗੱਲ ਕਰੀਏ ਤਾਂ ਪ੍ਰਾਚੀਨ ਭਾਰਤੀ ਪ੍ਰਣਾਲੀਆਂ ਦੇ ਵਿੱਚ ਜਿਹੜਾ ਰਾਜੇ ਦਾ ਧਰਮ ਹੋਵੇ ਨਾ ਉਹ ਪ੍ਰਜਾ ਦਾ ਧਰਮ ਹੁੰਦਾ ਹੈ। ਸਾਡੇ ਕੁਝ ਇਤਿਹਾਸਕਾਰਾਂ ਨੇ ਬੜੀ ਸੋਹਣੀ ਗੱਲ ਲਿਖੀ ਹੈ ਕਿ ਸ਼ਿਵਨਾਭ ਪਹਿਲਾ ਸਿੱਖ ਰਾਜ ਦਾ ਮੋਢੀ ਸੀ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦਾ ਰਾਜਾ ਸਿੱਖ ਬਣ ਗਿਆ ਤੇ ਉਹਦੇ ਰਾਜ ਧਰਮ ਜਿਹੜਾ ਸੀ ਸਿੱਖੀ ਬਣ ਗਿਆ। ਇਹ ਸਾਡੇ ਕੁਝ ਪੁਰਾਣੇ ਇਤਿਹਾਸਕਾਰ ਲਿਖਦੇ ਨੇ, ਬੜੀ ਵਜ਼ਨ ਵਾਲੀ ਗੱਲ ਹੈ ਕਿ ਸੰਗਲਾ ਦੀਪ ਦਾ ਰਾਜਾ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ ਸੀ। ਇਹਦਾ ਮਤਲਬ ਉਹ ਸਿੱਖ ਰਾਜ ਸੀ। ਉਹ ਆਪਣੇ ਉਹਨਾਂ ਨੌਕਰਾਂ ਨੂੰ ਕਹਿੰਦਾ ਕਿ ਬੜੇ ਆਏ ਤੇ ਬੜੇ ਚਲੇ ਗਏ, ਬਹੁਤ ਆਏ ਨੇ ਮੇਰੇ ਬਾਗ ਦੇ ਵਿੱਚ ਆਪਣੇ ਆਪ ਨੂੰ ਮਹਾਤਮਾ ਕਹਿਣ ਵਾਲੇ, ਆਪਣੇ ਆਪ ਨੂੰ ਸੰਤ ਕਹਿਣ ਵਾਲੇ, ਆਪਣੇ ਆਪ ਨੂੰ ਸਾਧ ਕਹਿਣ ਵਾਲੇ, ਬੜੇ ਆਏ ਨੇ, ਪਰ ਸਾਰੇ ਮਾਇਆ ਦੇ ਲਾਲਚੀ ਨੇ। ਇਹ ਧਰਮ ਦੀ ਗੱਲ ਵੀ ਅੱਜ ਵੀ ਕੁਛ ਹੋ ਰਿਹਾ ਹੈ, ਧਰਮ ਦੀ ਗੱਲ ਵੀ ਮਾਇਆ ਦੇ ਲਾਲਚ 'ਚ ਹੋ ਰਹੀ ਹੈ। ਬੜੇ ਆਏ ਨੇ ਤੇ ਬੜੇ ਚਲੇ ਗਏ, ਇਸ ਕਰਕੇ ਮੈਂ ਹੁਣ ਇਸ 'ਤੇ ਯਕੀਨ ਨਹੀਂ ਕਰਦਾ ਕਿ ਇਹ ਸੱਚਮੁੱਚ ਹੀ ਮਰਦੇ ਕਾਮਲ ਗੁਰੂ ਨਾਨਕ ਹੀ ਹੋਵੇਗਾ, ਮੈਂ ਯਕੀਨ ਨਹੀਂ ਕਰਦਾ। ਫਿਰ ਪਰਖਿਆ ਜਾਵੇ, ਜਦੋਂ ਕਿਸੇ 'ਤੇ ਯਕੀਨ ਨਾ ਹੋਵੇ ਫਿਰ ਪਰਖ ਦੀ ਗੱਲ ਹੁੰਦੀ ਹੈ। ਉਸਨੇ ਆਪਣੇ ਰਾਜ ਦੇ ਵਿੱਚੋਂ ਬੜੀਆਂ ਸੁੰਦਰ ਔਰਤਾਂ ਨੂੰ ਬੜੇ ਕੀਮਤੀ ਗਹਿਣੇ ਪਵਾ ਕੇ ਤੋਰ ਦਿੱਤਾ ਕਿ ਜਾਓ ਜਾ ਕੇ ਵੇਖੋ ਤੇ ਸਹੀ, ਇਹਨੂੰ ਪਰਖੋ ਤੇ ਸਹੀ ਕਿ ਜਵਾਨ ਉਮਰ ਦੇ ਵਿੱਚ ਸਾਧੂ ਇਹਦਾ ਇਖਲਾਕ ਕਿਵੇਂ ਦਾ ਹੈ। ਦੋ ਤਰ੍ਹਾਂ ਦੀ ਮਾਇਆ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ, ਇੱਕ ਨੂੰ ਅਸੀਂ ਜੜ ਮਾਇਆ ਆਖਦੇ, ਇੱਕ ਨੂੰ ਚੇਤਨ ਮਾਇਆ ਆਖਦੇ ਹਾਂ। ਸੁੰਦਰਤਾ ਵੀ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ, ਸੁੰਦਰ ਗਹਿਣੇ ਵੀ ਮਨੁੱਖ ਨੂੰ ਪ੍ਰਭਾਵਿਤ ਕਰਦੇ ਨੇ, ਇੱਕ ਜੜ ਹੈ ਇੱਕ ਚੇਤਨ ਹੈ। ਇਹ ਦੋਵੇਂ ਸੁੰਦਰਤਾਵਾਂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਗਈਆਂ ਨੇ। ਪਾਤਸ਼ਾਹ ਆਪਣੀ ਉਸ ਖੁਦਾਈ ਕਲਾਮ ਦੇ ਵਿੱਚ ਲੀਨ ਨੇ। ਜਦੋਂ ਇਹਨਾਂ ਕਨੀਜ਼ਾਂ ਨੇ ਸਾਹਮਣੇ ਜਾ ਕੇ ਖੜੀਆਂ ਹੋਈਆਂ ਤੇ ਪਾਤਸ਼ਾਹ ਨੇ ਇੱਕ ਗੱਲ ਕਹੀ ਹੈ, ਗਾਸ਼ੋ ਪੁੱਤਰੀ ਰਾਜਕੁਮਾਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜਾ ਸ਼ਬਦ, ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਭਰੋਂ ਸੱਚ ਦੋਤ ਅਪਾਰ, ਆਓ ਰਾਜਕੁਮਾਰ ਪੁੱਤਰੀਓ
ਜਿੰਨੀ ਕੀਮਤੀ ਗਹਿਣਿਆਂ ਦਾ ਸ਼ਿੰਗਾਰ ਤਨ ਤੇ ਕਰਕੇ ਆਈਆਂ ਸੀ, ਉਹ ਕਿਤੇ ਖੁਦਾ ਦੇ ਨਾਮ ਦਾ ਸੱਚ ਦਾ ਸ਼ਿੰਗਾਰ ਕੀਤਾ ਹੁੰਦਾ ਰੱਬ ਨੂੰ ਪਾ ਲੈਣਾ ਸੀ। ਗੁਰੂ ਦੇ ਚਰਨਾਂ ਦੇ ਵਿੱਚ ਢਹਿ ਪਈਆਂ, ਨੇਤਰਾਂ ਦੇ ਨਾਲ ਚਰਨ ਧੋ ਦਿੱਤੇ ਤੇ ਰਾਜੇ ਸ਼ਿਵਨਾਭ ਨੂੰ ਦੱਸਿਆ, ਰਾਜਾ ਨਾ ਤਾਂ ਉਹ ਜੜ ਮਾਇਆ ਪ੍ਰਭਾਵਿਤ ਹੋਣ ਵਾਲਾ ਤੇ ਨਾ ਚੇਤਨ ਮਾਇਆ ਤੋਂ, ਉਹ ਤਾਂ ਸੱਚਮੁੱਚ ਖੁਦਾ ਹੈ। ਰਾਜਾ ਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ, ਆ ਕੇ ਚਰਨਾਂ ਤੇ ਡਿੱਗ ਪਿਆ ਤੇ ਕਹਿੰਦਾ, ਪਾਤਸ਼ਾਹ ਤੈਨੂੰ ਕੀ ਭੇਟ ਕਰਾਂ, ਮੈਂ ਤੇਰੇ ਨਾਲ ਆਪਣਾ ਬਾਗ ਲਵਾ ਦਿੰਦਾ, ਮੈਂ ਤੇਰੇ ਨਾਲ ਆਪਣਾ ਮਹਿਲ ਲਵਾ ਦਿੰਦਾ, ਮੈਂ ਤੈਨੂੰ ਰੱਥ ਦੇ ਦਿੰਦਾ, ਮੈਂ ਤੈਨੂੰ ਘੋੜੇ ਦੇ ਦਿੰਦਾ, ਮੈਂ ਤੈਨੂੰ ਹਾਥੀ ਦੇ ਦਿੰਦਾ, ਦੱਸ ਤੈਨੂੰ ਕੀ ਦੇਵਾਂ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਤਾ ਕੀ ਕਿਹਾ, ਸ਼ਿਵਨਾਭ ਮੈਨੂੰ ਕੁਛ ਨਹੀਂ ਚਾਹੀਦਾ, ਸ਼ਿਵਨਾਭ ਮੈਨੂੰ ਕੁਝ ਨਹੀਂ ਚਾਹੀਦਾ, ਜੇ ਜ਼ਰੂਰੀ ਭੇਟਾ ਕਰਨਾ ਹੀ ਨਾ, ਆ ਜਿਹੜੀ ਤੂੰ ਮੈਂ ਲਾਈ ਹੈ ਨਾ, ਮੇਰਾ ਹਾਥੀ, ਮੇਰਾ ਬਾਗ, ਮੇਰੇ ਘੋੜੇ, ਮੇਰਾ ਰੱਥ, ਇਹ ਮੈਂ ਭੇਟਾ ਕਰ ਦੇ। ਉਹਨੇ ਮੈਂ ਭੇਟਾ ਕੀਤੀ, ਗੱਲ ਕੀ ਹੋਮੇ ਛੱਡੀ, ਉਹਦਾ ਮਹਿਲ ਜਿਹੜਾ ਸੀ ਉਹ ਸਿੱਖਾਂ ਦੀ ਪਹਿਲੀ ਧਰਮਸ਼ਾਲਾ ਬਣਿਆ ਸੰਗਲਾ ਦੀਪ ਦੇ ਵਿੱਚ। ਔਰ ਇਹ ਗੱਲ ਕੇਵਲ ਗੁਰੂ ਨਾਨਕ ਸੱਚੇ ਪਾਤਸ਼ਾਹ ਤੱਕ ਸੀਮਤ ਨਹੀਂ, ਜਿਸ ਕਿਰਦਾਰ ਦੀ ਘਾੜਤ ਗੁਰੂ ਸਾਹਿਬਾਨ ਨੇ ਆਪਣੇ ਜੀਵਨ 'ਚ ਘੜੀ ਹੈ ਸਿੱਖਾਂ ਦਾ, ਉਹੀ ਕਿਰਦਾਰ 18ਵੀਂ ਸਦੀ ਤੱਕ ਕੀ ਅੱਜ ਤੱਕ ਰਿਹਾ। 1621 ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ 6ਵੀਂ ਜੋਤ, 6ਵਾਂ ਜਾਮਾ, ਗੁਰੂ ਹਰਗੋਬਿੰਦ ਸਾਹਿਬ ਸ੍ਰੀਨਗਰ ਗਏ, ਨਾਲ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹੈ। ਨਿਸ਼ਾਤ ਬਾਗ ਦੇ ਵਿੱਚ ਗੁਰੂ ਪਾਤਸ਼ਾਹ ਨੇ ਆਪਣਾ ਸ਼ਮਿਆਨਾ ਲਾ ਲਿਆ ਤੇ ਸ਼ਾਲੀਮਾਰ ਬਾਗ ਦੇ ਵਿੱਚ ਜਹਾਂਗੀਰ ਬੈਠਾ। ਜਹਾਂਗੀਰ ਦੇ ਨਾਲ ਉਸਦੀ ਮਲਕਾ ਹੈ ਨੂਰ ਜਹਾਂ, ਜਿਸ ਦਾ ਪਹਿਲਾ ਨਾਂ ਮੇਹਰ ਨਸਾਂ ਸੀ। ਜਦੋਂ 6ਵੇਂ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਨੂੰ ਪ੍ਰਗਟ ਕੀਤਾ ਸੀ ਨਾ, ਮੈਂ ਦਸਤਾਰ ਦੀ ਗੱਲ ਤੇ ਆਉਣਾ ਹੈ ਅਜੇ, ਕਿਰਦਾਰ ਦੀ ਗੱਲ ਕਰ ਰਿਹਾ, ਉਸ ਤੋਂ ਬਾਅਦ ਦਸਤਾਰ ਦੀ ਕਰਦੇ ਹਾਂ। ਜਦੋਂ ਗੁਰੂ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਨੂੰ ਪ੍ਰਗਟ ਕੀਤਾ ਸੀ ਤੇ ਢਾਡੀ ਨੱਥ ਮਲ ਤੇ ਅਬਦੁੱਲਾ ਨੇ ਇੱਕ ਵਾਰ ਗਾਈ ਸੀ, ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਉਹਨਾਂ ਕਹਿ ਦਿੱਤਾ ਸੀ, ਪਾਤਸ਼ਾਹ ਤੇਰੀ ਦਸਤਾਰ ਦੇ ਸਾਹਮਣੇ ਜਹਾਂਗੀਰ ਦੀ ਦਸਤਾਰ ਕੋਈ ਅਹਿਮੀਅਤ ਨਹੀਂ ਰੱਖਦੀ। ਹੁਣ ਸੋਚਿਆ ਜਾਵੇ ਕੱਪੜਾ ਥੋੜਾ ਮਾੜਾ ਸੀ, ਜਾਂ ਜਹਾਂਗੀਰ ਦੀ ਪੱਗ ਨੂੰ ਕਿਹੜੇ ਹੀਰੇ ਮੋਤੀ ਜਾਂ ਕਲਗੀ ਨਹੀਂ ਲੱਗੀ ਹੋਵੇਗੀ, ਹਿੰਦੁਸਤਾਨ ਦਾ ਬਾਦਸ਼ਾਹ ਸੀ। ਗੱਲ ਇਹ ਸੀ ਕਿ ਜਹਾਂਗੀਰ ਦੀ ਦਸਤਾਰ ਦੇ ਪਿੱਛੇ ਕਿਰਦਾਰ ਕਸ਼ੀ ਸੀ ਤੇ ਸਿੱਖ ਦੀ ਗੁਰੂ ਦੇ ਦਸਤਾਰ ਦੇ ਪਿੱਛੇ ਕਿਰਦਾਰ ਖੜਾ ਸੀ। ਉਹ ਕਿਰਦਾਰ ਕਿਵੇਂ ਦਾ ਸੀ? ਜਹਾਂਗੀਰ ਆਪਣੇ ਇੱਕ ਦੋਸਤ ਦੇ ਘਰ ਗਿਆ, ਸ਼ੇਰ ਅਫਗਨ ਦੇ ਘਰ, ਉਹਦੇ ਘਰ ਠਹਿਰਿਆ। ਉਹਦੀ ਘਰਵਾਲੀ ਬੜੀ ਸੋਹਣੀ ਸੀ, ਮੇਹਰ ਨਿਸਾ, ਆਪਣੇ ਦੋਸਤ ਨੂੰ ਕਤਲ ਕੀਤਾ, ਉਹਦੀ ਘਰਵਾਲੀ ਕੱਢ ਕੇ ਲੈ ਆਇਆ। ਉਹੀ ਜਿਹੜੀ ਮੇਹਰ ਨਸਾਂ ਸੀ, ਬਾਅਦ ਵਿੱਚ ਨੂਰ ਜਹਾਂ ਨਾਮ ਦਿੱਤਾ ਗਿਆ। ਖੁਲਾਸਤੁਲ ਤਵਾਰੀਖ ਇੱਕ ਫਾਰਸੀ ਦੀ ਕਿਤਾਬ ਹੈ, ਉਹਦੇ ਵਿੱਚ ਲਿਖਿਆ ਹੈ ਕਿ ਨੂਰ ਜਹਾਂ ਦੁਨੀਆਂ ਦੀ ਇੰਨੀ ਸੁੰਦਰ ਔਰਤ ਸੀ ਕਿ ਉਸ ਤੋਂ ਬਾਅਦ ਖੁਦਾ ਨੇ ਕਿਸੇ ਨੂੰ ਸੁੰਦਰ ਨਹੀਂ ਬਣਾਇਆ। ਹੁਣ ਉਹ ਦੁਨੀਆਂ ਦੀ ਸੁੰਦਰ ਔਰਤ ਆਪਣੇ ਪਤੀ ਨੂੰ ਇੱਕ ਸਵਾਲ ਕਰਦੀ ਹੈ, ਕਹਿੰਦੀ ਹੈ, ਜਹਾਂਗੀਰ ਤੂੰ ਬਾਦਸ਼ਾਹ ਹੈ ਹਿੰਦੁਸਤਾਨ ਦਾ, ਤੂੰ ਇਸ ਹਿੰਦ ਦਾ ਫਖਰੇ ਹਿੰਦ ਹੈ, ਬਾਦਸ਼ਾਹ ਸਲਾਮਤ ਹੈ, ਤੇਰੇ ਸ਼ਮਿਆਨੇ ਦੇ ਵਿੱਚ ਤਾਂ ਕੋਈ ਭੀੜ ਨਹੀਂ ਤੇ ਜਿੱਥੇ ਸਿੱਖਾਂ ਦਾ ਗੁਰੂ ਬੈਠਾ ਉੱਥੇ ਮੱਥਾ ਟੇਕਣ ਦੀ ਵਾਰੀ ਨਹੀਂ ਆਉਂਦੀ, ਫਰਕ ਕੀ ਹੈ? ਇਹ ਹੈ ਕਿਰਦਾਰ ਤੇ ਕਿਰਦਾਰ ਕਸ਼ੀ। ਜਿੱਥੇ ਸਿੱਖਾਂ ਦਾ ਗੁਰੂ ਬੈਠਾ ਹੈ ਉੱਥੇ ਤੇ ਮੱਥਾ ਟੇਕਣ ਦੀ ਵਾਰੀ ਨਹੀਂ ਆਉਂਦੀ, ਤੇ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਤੈਨੂੰ ਕੋਈ ਮਿਲ ਹੀ ਨਹੀਂ ਆਉਂਦਾ। ਉਹਨੇ ਇੱਕ ਸੱਚ ਬੋਲਿਆ, ਕਹਿੰਦਾ ਮੈਂ ਦੁਨੀਆਂ ਦਾ ਪਾਤਸ਼ਾਹ ਹਾਂ, ਉਹ ਦੀਨ ਦਾ ਪਾਤਸ਼ਾਹ। ਫਿਰ ਕਹਿੰਦੀ, ਫਿਰ ਮੈਂ ਵੀ ਉਹਦੇ ਦਰਸ਼ਨ ਕਰਨ ਜਾਣਾ ਨੂਰ ਜਹਾਂ, ਕਿਉਂਕਿ ਸਾਈਂ ਮੀਆਂ ਮੀਰ ਦਾ ਬੜਾ ਸਤਿਕਾਰ ਕਰਦੀ ਸੀ। ਕਹਿੰਦੀ ਮੈਂ ਵੀ ਗੁਰੂ ਦੇ ਦਰਸ਼ਨ ਕਰਨ ਜਾਣਾ। ਤੇ ਜਹਾਂਗੀਰ ਕਹਿੰਦਾ, ਠੀਕ ਹੈ ਤੂੰ ਜਾ ਸਕਦੀ ਹੈ। ਜਿਸ ਤਰ੍ਹਾਂ ਰਾਣੀਆਂ ਆਉਂਦੀਆਂ ਨੇ ਬੜੇ ਕੀਮਤੀ ਗਹਿਣੇ ਪਾ ਕੇ, ਜੇ ਉਸ ਵੇਲੇ ਦੀ ਤਵਾਰੀਖ ਨੂੰ ਪੜ੍ਹੀਏ, ਉਸ ਵੇਲੇ ਦੀ ਤਵਾਰੀਖ ਕਹਿੰਦੀ ਹੈ ਕਿ ਜਿੰਨੇ ਗਹਿਣੇ ਨੂਰ ਜਹਾਂ ਨੇ ਆਪਣੇ ਤਨ ਤੇ ਪਾਏ ਸੀ ਤੇ ਉਹਦਾ ਜਿਹੜਾ ਲਹਿੰਗਾ ਸੀ ਉਹਦੇ ਉੱਪਰ ਇੰਨਾ ਸੋਨਾ ਤੇ ਹੀਰੇ ਮੋਤੀ ਜਿਹੜੇ ਸੀ, 22 ਗੋਲੀਆਂ ਨੇ ਉਹਦੇ ਲਹਿੰਗੇ ਨੂੰ ਚੁੱਕਿਆ ਹੋਇਆ ਸੀ, 22 ਗੋਲੀਆਂ ਨੇ। ਗੁਰੂ ਪਾਤਸ਼ਾਹ ਦੇ ਸਾਹਮਣੇ ਸ਼ਮਿਆਨੇ ਦੇ ਵਿੱਚ ਗਈ, ਸਵੇਰ ਦਾ ਸਮਾਂ ਪਾਤਸ਼ਾਹ ਨਿਤਨੇਮ ਕਰ ਰਹੇ ਨੇ। ਜਦੋਂ ਨੂਰ ਜਹਾਂ ਨੂੰ ਸਾਹਮਣੇ ਖੜੀ ਵੇਖਿਆ ਤੇ ਪਾਤਸ਼ਾਹ ਨੇ ਇੱਕੋ ਗੱਲ ਕਹੀ ਹੈ, ਪਾਤਸ਼ਾਹ ਦੀ ਉਮਰ ਉਸ ਵੇਲੇ 27.5 ਸਾਲ ਹੈ, ਨੂਰ ਜਹਾਂ ਦੀ ਉਮਰ 29 ਸਾਲ ਹੈ, ਹਿੰਦੁਸਤਾਨ ਦੇ ਬਾਦਸ਼ਾਹ ਦੀ ਪਤਨੀ ਗੁਰੂ ਦੇ ਦਰਬਾਰ ਦੇ ਵਿੱਚ ਆਈ ਹੈ ਤੇ ਗੁਰੂ ਨੇ ਇੱਕ ਸ਼ਬਦ ਕਿਹਾ ਹੈ, ਐਸਾ ਸਾਜ ਸ਼ਿੰਗਾਰ ਕਰ ਪੁੱਤਰੀ ਪਾਏ ਖੁਦਾਏ। ਇਹ ਬੇਟਾ
जिन्ने कीमती गहणियां दा शिंगार अपने तन ते करके आई है, कितें खुदा दे नाम दा शिंगार मन ते करके आई हुंदी, सचमुच खुदा नूं पा लैणा सी। ऐसा साच शिंगार कर पुत्री पाए खुदाए, गुरु पातशाह दे चरणां ते ढह पई। ते एक सवाल कीता है, गुर बिलास दा लखारी लिखता है, कहिंदा एक सवाल कीता, ओ सिखां दिया गुरुआ इन्नी छोटी उम्र ते मन ते इन्ना काबू किवें? ते गुरु पातशाह ने कहा कि हर समय उहदी याद दे विच जुड़िया मैं कदी मौत नूं नहीं भुलदा, इसे करके मेरे मन ते काबू है। कि मन ते काबू पाउणा है ते मनुख उहदी याद दे विच जुड़िया रहे ते हमेशा ये समझे कि यह संसार एक सराह है जिथे असी कुछ चिर कट के चले जाना। शेख फरीदा जग न को थिर रहा, जिस आसन हम बैठे किते बैस गया। जिथे असी बैठे हैं ना, इस संसार दे विच कई आए ते कई चले गए। जिन्ना चिर मनुख दे मन दे विच ये धारणा जन्म नहीं लवेगी कि असी इत्थे थिर नहीं रहना, उन्ना चिर तक मन दे विच भय जन्म नहीं लवेगा। नूर जहान नूं गुरु पातशाह ने जिहड़ा उपदेश दिता है, यह भी केवल गुरु साहबान तक सीमित नहीं। जिस वेले हरी सिंह नलूए ने दराए खैबर ते कब्जा किया, 1992 दे विच अमरीका की एक सप्ताहिक अखबार है टिटबिट्स, उहदे विच एक लेख छपिया सी कि दुनिया का वड्डा जरनैल कहड़ा है। वोटिंग हुई सी जिस तरह अज भी वोटिंग हुंदी है कि दुनिया का वड्डा जरनैल कहड़ा है। किसी ने नपोलियन नूं कहा सी, किसी ने चंगेज खान नूं कहा सी, किसी ने सिकंदर नूं कहा सी, ते किसी ने ड्यूक ऑफ विलिंगटन का नाम लिया सी। सारिआं दी जदों राय आ गई ना, ते जिहड़ा दा संपादक सी उहने फिर लेख लिखिआ, उह कहिंदा बेशक तुसीं दुनिया दे वख-वख जरनैलां नूं वड्डे जरनैल कहा, किसी ने सिकंदर नूं कहा, किसी ने नपोलियन नूं कहा, किसी ने चंगेज़ खान नूं कहा, कहिंदा तुहाडी राय है। पर जे कोई मैनूं पुछे ना कि दुनिया दा वड्डा जरनैल किहड़ा है, ते कहिंदा मैं कहूंगा दुनिया दा वड्डा जरनैल हरी सिंह नलूआ। उहने नाल जवाब भी दित्ता, कहिंदा क्यों? कहिंदा जिन्हां नूं तुसीं वड्डे जरनैल कह रहे हो ना, ये सारे दराए खैबर के उपर जाके हारे ने, पर जिन्हों मैं जरनैल कह रहा वह दुनिया का पहला जरनैल है जिन्हें दराए खैबर को सब तो छोटी उम्र च फतेह किया। हरी सिंह नलूए ने दराए खैबर से कब्जा किया। अज भी अमरीका उत्थे कब्जा करन दे वास्ते पायलट तो बिना जहाजा की ड्रोन की वरतों कर रहा, अजे भी कब्जा नहीं कर सकिया। यह दुनिया के इतिहास के पहला जरनैल हरी सिंह नलूआ से जिसने उस इलाके से कब्जा किया। पांच दरे ने, दराए नूर, दराए खैर, दराए खैबर, दराए वाह, दरिया वजूद। इन्हां पांच दरियां दे विचों सब तो औखा है दराए खैबर। उस इलाके च कब्जा किया तो उत्थों दा जिहड़ा राजा सी पठान नासर खान, नासर खान का बेटा गुलफाम कहिंदा, कहिंदा अब्बा जान पता लगा सिख फौजां आ गईआं ने, असीं लड़न की तैयारी करिए? कहिंदा नहीं बेटा, तुसीं नहीं लड़ सकते। फिर अब्बा जान की करिए? कहिंदा लुकण की तैयारी करो, लोग के जान बचाउण दी तैयारी करो, तुसी हरी सिंह नलूए दे नाल नहीं लड़ सकते। एक गुलफाम घर चो भज्जण लगा है, इहदी मंगेतर बानू इहदे सामने आ गई। गुलफाम कित्थे चलिया है? कहिंदा इह ना पुछ कित्थे चलिया है, छेती घर छड्ड दे, किते जाके लुक चलीए। पहाड़ी कंधर दे विच अपनी मंगेतर नूं लै के गुलफाम खान लुक गया। जदों उत्थे लुकिया है तां उसदी मंगेतर नूं इक सवाल पुछदी है, इहदी गुलफाम मैं ते तेनूं बड़ा बहादुर समझदी सी, तू ते कहिंदा सी कि मेरे कमान चों छुट्टे तीरां दे सामने कोई खलो नहीं सकदा, तू ते कहिंदा सी कोई दुश्मन मंगेतर का हाथ छिटा के बानो चली गई, जिथे सरदार हरी सिंह नलूए का तंबू लगा सी गई। शाम का समा, कौम का जरनैल बैठा रहरास साहब कर रहा, रहरास साहब समाप्त की अरदास की, नेत्र खोले सामने पठाणा की बच्ची खड़ी सी, कहिंदा आ बेटा किस काम आई है? उन्हें पहला सवाल किया, तुसी कौन हो?
गुलफाम दी मंगेतर बानो ने सवाल किया तुसी कौन हो। हरी सिंह नलवे ने जवाब दिता बेटा गुरु नानक दे सिख। उन्हें दूजा सवाल किया तुसी साडे घर ते कब्जा क्यों किया। हरी सिंह नलवा कहिंदा बेटा असी किसी के घर ते कब्जा नहीं किया असी अपने घर की राखी की है। यह भी दुनिया का इतिहास गवाह है कि 710 ईस्वी तो लैके तो अहमद शाह अबदाली तक जिन्हें भी हमले हिंदुस्तान से हुए ने एक हमले को छड़ के महमूद गजनवी ने जिहड़ा काठियानाथ से हमला किया एक हमले को छड़ के इस जिन्हें भी हमले हुए ने दराए खैबर के रस्ते हुए ने ते जदों हरी सिंह दलुए ने उत्थे खालसा ही निशान साहब लहरा दिता उस तो बाद एक भी हमला इस रस्ते नहीं होया। यह भी दुनिया के इतिहास के विच एक मिसाल है। हरी सिंह दलुआ कहिंदा बेटा असी अपने घर की राखी की है तुहाडे घर ते कब्जा नहीं किया। ते फिर अगली गल करती है कहिंदी ओ सिखां दे जरनैला मैं चाहनी हाँ मेरी कुख दे विचों तेरे वर्गा जरनैल जन्म लवे। हरी सिंह कहिंदा बेटा अपने खुदावंद करीम दे अगे दुआ करया कर अर्ज करया कर अरदास करया कर कि परमात्मा तेनू चंगे पुत्र की दात बख्शे। कहिंदा सिखां दे जरनैला तू समझिया नहीं मैं चाहनी हाँ कि तू मेरे नाल निकाह कर लवे ते मेरी कुख चो तेरा पुत्र पैदा होवे। हरी सिंह नलवे ने शमशीर नू बेमियान किया कहिंदा पठान दी बच्चीए मेरे शमियाने चो बाहर चली जा तू एक सिख दे किरदार नू परखण वास्ते आई है बाहर चली जा। तू बाहर जाण लगी अखां छंजू ने पछां मुड़ के वेख्या कहिंदी सिखां दे जरनैला मैं सुनिया सी गुरु नानक दे दर तो कोई खाली नहीं गया अज गुरु नानक दे सिख इस जरनैल दे दर तो पठाणा दी बच्ची खाली झोली जा रही है। कहिंदा बीबी रुक जा रुक गई नेड़े पई एक शाल नू उहदे सिर ते रख के कहिंदा बानो बेटा तू कहिंदी सी ना कि तेरी कुख दे विचों हरी सिंह नलूए वर्गा जरनैल जन्म लवे अज तो हरी सिंह नलूआ तेरा पुत्र है। सारी उम्र उस 19 साल की पठाणी नू माता जी कह के संबोधन करता रहा। यह सी कौम का अखलाक। इसे करके जिहड़े काबल दे लखारी सी काजी नूर मुहम्मद ने सिखां दियां चार लड़ाइयां अपनी अखीं वेखियां ने। उन्हां चार लड़ाइयां नू वेखण तो बाद जदों उह वापस गया काबल ते काबल दे नेड़े एक शहर है कलात जदों अहमद शाह अबदाली सिखां नू घल्लू घर च खत्म करन वास्ते आया सी जिहड़ा फरवरी दे महीने च ही होया सी उस घल्लू घारे दे विच जिन्ना सिखां दा कतलेआम होया है सारे उस वेले दे बादशाह कहिंदे सी कि सिख हुण दुबारा सिर नहीं चुक सकदे। ते सच जाणिओ जिहड़ा कौम दा जथेदार सी ना सरदार चढ़त सिंह ते सरदार करम सिंह होणी 30,000 सिख दी लाश पई सी ते उह अरदास कर रहे सी तत खालसा रह गए सो खोट गवाए। फिर की होया इतिहास गवाह है कि जिन्ने भी जरनैल बचे सी ना किसी भी जरनैल के जिसम के उपर 18 तो घट फट नहीं सी। फिर भी चढ़ती कला दे 30,000 सिख की लाश के उपर खलो के खालसा चढ़ती कला की अरदास कर रहा। अबदाली सोचता सी कि अज तो बाद सिख सिर नहीं चुकणगे सिखां ने फिर सिर चुकया। उस वेले काजी नूर मुहम्मद ने सिखां दीआं चार लड़ाइयां नूं वेख्या बड़ी सिखां दे नाल नफरत करदा सी क्योंकि नादर शाह दे जवाई नासर खान दा उस्ताद सी बड़ा उस वेले दा काबल व्यक्ति सी। इन्हें फिर जाके अपनी एक किताब लिखी है जंगनामा जिसनूं असीं जंगनामा काजी नूर मुहम्मद कहिंदे आ। सब तो पहला इसनूं सरदार प्यारा सिंह पदम ने कौम दे सामने रखिया सी। उस जंगनामे विच सिखां नूं कुत्ते लिखदा अपनी सारी रचना च लिखता है सिख कुत्ते ने। अखीर ते जाके 1763 दे विच एक स्कूल दे विच पढ़ा रहा है मदरसे दे विच बच्चे पुछते ने कि सिख सचमुच ही कुत्ते ने। तुसी अपनी सारी किताब च लिखिया कि सिख कुत्ते ने कि वह सचमुच ही कुत्ते ने। फिर दो शेर इन्हें होर लिखे ने कहिंदा बच्चिओ मैं नफरत करदा उन्हां नाल इस करके मैं कुत्ते कह रहा हां मैं यह लिखना नहीं सी चाहुंदा पर तुसी मैनूं मजबूर कर दिता। उन्हें फिर दो शेर लिखे ने सगा सग कहिंदे ने कुत्ते नूं सगा रा मगो सग के हस्तंद शेर बा मादा ने मर्दा चू शेरां दलेर। बेशक मैं उन्हां नूं कुत्ते लिखिया क्योंकि मैं उन्हां तों नफरत करदा हां पर जे तुसी मेरे दिल नूं पुछो ना तो वह शेरां तों किते वध दलेर ने। सगा रा मगो सग के हस्तंद शेर बा मादा ने मर्दा चू शेरां दलेर। पर कहिंदा उन्हां दी दलेरी दा राज पता की है उन्हां दा किरदार के जन गरजवां अस्तवां अस्त पीर बगो संग बुढ़िया बरो गोशागीर।
ਕਹਿੰਦਾ ਜਦੋਂ ਮੈਦਾਨੇ ਜੰਗ ਦੇ ਵਿੱਚ ਘੋੜੇ ਤੇ ਸਵਾਰ ਹੋ ਕੇ ਨਿਕਲਦੇ ਨੇ, ਉਹਨਾਂ ਦੇ ਸਾਹਮਣੇ ਕੋਈ ਜਵਾਨ ਔਰਤ ਆ ਜਾਵੇ, ਕੋਈ ਬਜ਼ੁਰਗ ਆ ਜਾਵੇ, ਕੋਈ ਬੱਚੀ ਆ ਜਾਵੇ, ਦੁਸ਼ਮਣ ਦੀ ਔਰਤ ਵੀ ਉਹਨਾਂ ਦੇ ਹੱਥ ਆ ਜਾਵੇ ਤੇ ਬੀਬੀ ਜੀ ਕਹਿੰਦੇ ਨੇ, ਕਿਸੇ ਦੀ ਇੱਜ਼ਤ ਨਹੀਂ ਲੁੱਟਦੇ। ਬਗੋ ਜੰਗ ਬੁੜੀਆ ਬਰੋ ਗੋਸ਼ਾ ਗੀਰ ਕੇ ਜਨ ਕਰ ਜਮਾਸਤ ਵਾਹ ਅਸਤੀਰ, ਕਹਿੰਦਾ ਇਸ ਕਰਕੇ ਉਹ ਮੈਦਾਨੇ ਜੰਗ ਦੇ ਸ਼ੇਰ ਨੇ। ਅੱਜ ਸਾਡਾ ਉਹ ਇਖਲਾਕ ਨਹੀਂ ਰਿਹਾ, ਅੱਜ ਸਾਡਾ ਉਹ ਸੱਭਿਆਚਾਰ ਵੀ ਨਹੀਂ ਰਿਹਾ। ਅਸੀਂ ਸਾਰੇ ਪਿੰਡਾਂ ਚੋਂ, ਤੁਸੀਂ ਪਿੰਡਾਂ ਚੋਂ ਆਏ ਹੋ, ਹੁਣ ਤੇ 80 ਸਾਲ ਦੀ ਬੀਬੀ ਵੀ ਤੁਰੀ ਜਾਂਦੀ ਹੋਵੇ ਤੇ ਸਾਡੇ ਵੀਰਾਂ ਨੇ ਟਰੈਕਟਰ ਦੇ ਉੱਪਰ ਡੈੱਕ ਲਾਇਆ ਹੁੰਦਾ, ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ। ਹੁਣ ਤਾਂ ਸਾਰਾ ਕਰੈਕਟਰ ਇਵੇਂ ਦਾ, ਇੰਨਾ ਨਿੱਗਰ ਚੁੱਕਾ ਸਾਡਾ ਸੱਭਿਆਚਾਰ ਹੈ। ਘਰ ਦੇ ਵਿੱਚ ਵਿਆਹ ਹੋਇਆ ਹੁੰਦਾ, ਧੀ ਨੂੰ ਆਪਣੇ ਹੱਥੀ ਤੋਰਿਆ ਹੁੰਦਾ ਤੇ ਰਾਤ ਭਰਾ ਹੀ ਡੀਜੇ ਲਾ ਕੇ ਨੱਚੀ ਜਾਂਦੇ ਨੇ ਮਿੱਤਰਾਂ ਦੀ ਛਤਰੀ ਤੋਂ ਉੱਡ ਕੇ। ਅੱਜ ਤਾਂ ਅਸੀਂ ਸੱਭਿਆਚਾਰ ਦਾ ਜਲੂਸ ਕੱਢ ਦਿੱਤਾ, ਛੱਡਿਆ ਹੀ ਕੁਝ ਨਹੀਂ। ਸੋ ਸਾਡਾ ਉਹ ਸੱਭਿਆਚਾਰ ਸੀ ਜਿਸ ਸੱਭਿਆਚਾਰ ਦੀ, ਜਿਸ ਕਿਰਦਾਰ ਦੀ ਸਾਖੀ ਉਹ ਲੋਕ ਭਰ ਰਹੇ ਨੇ ਜਿਹੜੇ ਸਾਨੂੰ ਕੁੱਤੇ ਕਹਿ ਰਹੇ ਨੇ। ਉਹ ਕਹਿ ਰਹੇ ਕਿ ਸਗਾ ਰਾ ਮਗੋ ਸਭ ਕੇ ਹਸਤੰਦ ਸ਼ੇਰ ਬਾ ਮਾਦਾ ਨੇ ਮਰਦਾਂ ਚੋਂ ਸ਼ੇਰਾਂ ਦਲੇਰ, ਕਿ ਇਹ ਬੜੇ ਉੱਚੇ ਕਿਰਦਾਰ ਦੇ ਮਾਲਕ ਨੇ। ਤੇ ਅੱਜ ਅਸੀਂ ਆਪਣੇ ਕਿਰਦਾਰ ਨੂੰ ਆਪਣੇ ਆਪ ਹੀ ਖਤਮ ਕਰ ਦਿੱਤਾ, ਅਸੀਂ ਆਪਣੇ ਆਪ ਹੀ ਬਰਬਾਦ ਕਰੀ ਜਾ ਰਹੇ ਹਾਂ। ਦੂਸਰੀ ਗੱਲ ਆ ਜਾਂਦੀ ਹੈ ਦਸਤਾਰ ਦੀ, 18ਵੀਂ ਸਦੀ ਦੀ ਇੱਕ ਘਟਨਾ। ਵੈਸੇ ਤੇ ਗੁਰਬਾਣੀ ਦੇ ਵਿੱਚ ਇਸਲਾਮੀ ਪਰੰਪਰਾ ਨੂੰ ਰੂਪਮਾਨ ਕਰਦਿਆਂ ਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਕਿਹਾ ਹੈ, ਪਾਕ ਨਾ ਪਾਕ ਹਦੂਰ ਹਦੀਸਾਂ ਸਾਬਤ ਸੂਰਤ ਦਸਤਾਰ ਸਿਰਾ। ਸਿੱਖ ਦੇ ਕਿਰਦਾਰ ਤੋਂ ਬਾਅਦ ਉਸਦੀ ਦਸਤਾਰ ਦੀ ਅਹਿਮੀਅਤ ਹੈ। ਔਰ ਇਸ ਦਸਤਾਰ ਨੂੰ ਜੇ ਕਿਸੇ ਨੇ ਥੋੜਾ ਜਿਹਾ ਵੀ ਵੰਗਾਰਿਆ ਨਾ, ਜਿੱਥੋਂ ਮੈਂ ਗੱਲ ਕੀਤੀ ਸੀ ਕਿ ਛੇਵੇਂ ਪਾਤਸ਼ਾਹ ਦੀ ਦਸਤਾਰ ਦੇ ਬਾਅਦ ਨੱਥ ਮਲ ਅਬਦੁੱਲਾ ਕਹਿੰਦੇ ਨੇ, ਪੱਗ ਤੇਰੀ ਕੀ ਜਹਾਂਗੀਰ ਦੀ, ਕਿਉਂਕਿ ਤੇਰੀ ਦਸਤਾਰ ਦੇ ਪਿੱਛੇ ਤੇਰਾ ਕਿਰਦਾਰ ਇੰਨਾ ਉੱਚਾ ਹੈ। ਪੱਗ ਤੇਰੀ ਕੀ ਜਹਾਂਗੀਰ ਦੀ 18ਵੀਂ ਸਦੀ ਦੀ ਇੱਕ ਘਟਨਾ। ਘਟਨਾ ਇੰਜ ਹੋਈ ਕਿ ਜ਼ਕਰੀਆ ਖਾਨ ਨੇ ਆਪਣੇ ਸਾਰੇ ਹੀ ਫੌਜਦਾਰਾਂ ਨੂੰ ਕਹਿ ਦਿੱਤਾ ਕਿ ਸਿੱਖਾਂ ਨੂੰ ਜਿੰਨਾ ਤੰਗ ਕੀਤਾ ਜਾ ਸਕਦਾ ਹੈ ਕਰ ਸਕਦੇ ਹੋ, ਜਿੰਨਾ ਵੀ ਤੰਗ ਕੀਤਾ ਜਾ ਸਕਦਾ ਸਿੱਖਾਂ ਨੂੰ ਤੁਸੀਂ ਤੰਗ ਕਰ ਸਕਦੇ ਹੋ। ਪੱਟੀ ਦੇ ਚੌਧਰੀ ਸਾਹਿਬ ਰਾਏ ਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ, ਸਿੱਖਾਂ ਦੀਆਂ ਫਸਲਾਂ ਉਜਾੜਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਧਾਣੇ ਪਿੰਡ ਦੇ ਵਿੱਚ ਸਾਹਿਬ ਰਾਏ ਨੇ ਸਿੱਖਾਂ ਦੀਆਂ ਫਸਲਾਂ ਉਜਾੜ ਦਿੱਤੀਆਂ, ਤੇ ਜਿਹੜੇ ਦੋ ਭਰਾਵਾਂ ਦੀਆਂ ਫਸਲਾਂ ਉਜਾੜੀਆਂ ਉਹ ਸੀ ਸਰਦਾਰ ਮਾਲੀ ਸਿੰਘ ਤੇ ਸਰ ਗੁਰਬਖਸ਼ ਸਿੰਘ। ਉਹਨਾਂ ਨੇ ਜਾ ਕੇ ਸਾਹਿਬ ਰਾਏ ਨੂੰ ਕਿਹਾ, ਮਾਇਆ ਦੇਣ ਵਾਸਤੇ ਵੀਰ ਜੀ ਨਾ ਉੱਠੋ, ਜਦੋਂ ਅਸੀਂ ਇੱਕ ਦੋ ਜਾਣੇ ਸਾਰਿਆਂ ਦੀ ਸੁਰਤ ਜਿਹੜੀ ਆ ਉਹ ਹਿੱਲ ਜਾਂਦੀ ਆ, ਸੋ ਅਸੀਂ ਲੈਕਚਰ ਤੱਕ ਹੀ ਸੀਮਤ ਰਹੀਏ। ਜਿਸ ਵੇਲੇ ਸਾਹਿਬ ਰਾਏ ਨੇ ਉਹਨਾਂ ਦੀਆਂ ਫਸਲਾਂ ਉਜਾੜ ਦਿੱਤੀਆਂ ਤੇ ਸਿੱਖਾਂ ਨੇ ਜਾ ਕੇ ਬੜੇ ਪਿਆਰ ਦੇ ਨਾਲ ਕਿਹਾ, ਚੌਧਰੀ ਸਾਹਿਬ ਫਸਲ ਜ਼ਿਮੀਦਾਰ ਨੂੰ ਪੁੱਤਰ ਤੋਂ ਪਿਆਰੀ ਹੁੰਦੀ ਹੈ, ਅਸੀਂ ਫਸਲਾਂ ਬੜੀ ਮਿਹਨਤ ਦੇ ਨਾਲ ਉਗਾਉਂਦੇ ਹੋ, ਤੁਹਾਡੀਆਂ ਘੋੜੀਆਂ ਦਿੰਦੀਆਂ ਨੇ। ਸਰਦਾਰ ਮਾਲੀ ਸਿੰਘ ਤੇ ਸਰ ਗੁਰਬਖਸ਼ ਸਿੰਘ ਨੇ ਬੜੇ ਹਲੀਮੀ ਦੇ ਨਾਲ, ਬੜੀ ਸਤਿਕਾਰ ਦੇ ਨਾਲ ਸਾਹਿਬ ਰਾਏ ਨੂੰ ਇਹ ਗੱਲ ਕਹੀ, ਤੇ ਸਾਹਿਬ ਰਾਏ ਨੇ ਅੱਗੋਂ ਜਵਾਬ ਪਤਾ ਕੀ ਦਿੱਤਾ, ਕਹਿੰਦਾ ਤੁਸੀਂ ਘੋੜੀਆਂ ਬੰਨਣ ਦੀ ਗੱਲ ਕਰਦੇ ਹੋ, ਮੈਂ ਤੇ ਤੁਹਾਡੀਆਂ ਪੱਗਾਂ ਲਾ ਕੇ ਵਾਲ ਕੱਟ ਕੇ ਤੁਹਾਡੇ ਕੇਸਾਂ ਦੇ ਰੱਸੇ ਬਣਾ ਕੇ ਘੋੜੀਆਂ ਬੰਨਣੀਆਂ। ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ, ਆਪਣੀ ਦਸਤਾਰ ਦੀ ਬੇਇੱਜ਼ਤੀ ਸਿੱਖ ਕਦੀ ਸਵੀਕਾਰ ਨਹੀਂ ਕਰਦਾ। ਉਸੇ ਵੇਲੇ ਇਹ ਦੋਵੇਂ ਭਰਾ ਭੁੱਸੇ ਪਿੰਡ ਦੇ ਰਹਿਣ ਵਾਲੇ ਦੋ ਸਰਦਾਰਾਂ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਦੇ ਕੋਲ ਗਏ, ਉਹਨਾਂ ਨੂੰ ਜਾ ਕੇ ਦੱਸਿਆ, ਰਾਤ ਹੀ ਉਹਦੇ ਤਬੇਲੇ ਤੇ ਹਮਲਾ ਕੀਤਾ ਤੇ ਘੋੜੀਆਂ ਕੱਢ ਦਿੱਤੀਆਂ। ਘੋੜੀਆਂ ਕੱਢ ਕੇ ਘਰਿਆਲੇ ਪਿੰਡ ਦੇ ਸਰਦਾਰ ਲਖਮੀਰ ਸਿੰਘ ਨੂੰ ਦੇ ਦਿੱਤੀਆਂ। ਸਰਦਾਰ ਲਖਮੀਰ ਸਿੰਘ ਦਾ ਕਿਰਦਾਰ ਵੇਖੋ, ਘੋੜੀਆਂ ਜਾ ਕੇ ਪਟਿਆਲੇ ਮਹਾਰਾਜਾ ਆਲਾ ਸਿੰਘ ਨੂੰ ਵੇਚ ਦਿੱਤੀਆਂ, ਬਾਬੇ ਆਲਾ ਸਿੰਘ ਨੂੰ, ਤੇ ਜਿੰਨੇ ਵੀ ਪੈਸੇ ਮਿਲੇ ਉਹ ਪੈਸੇ ਭਾਈ ਤਾਰਾ ਸਿੰਘ ਵਾਂ ਦੇ ਲੰਗਰ ਚ ਪਾ ਦਿੱਤੇ, ਆਪਣੇ ਕੋਲ ਕੁਝ ਨਹੀਂ ਰੱਖਿਆ, ਲੰਗਰ ਦੇ ਵਿੱਚ ਜਾ ਕੇ ਪੈਸੇ ਪਾਤੇ। ਜਦੋਂ ਸਾਹਿਬ ਰਾਏ ਘੋੜੀਆਂ ਵਾਪਸ ਲੈਣ ਦੇ ਵਾਸਤੇ ਭੁੱਸੇ ਪਿੰਡ ਅਮਰ ਸਿੰਘ ਤੇ ਬਘੇਲ ਸਿੰਘ ਕੋ ਆਇਆ, ਸਿੰਘਾਂ ਨੇ ਅੱਗੋਂ ਤਲਵਾਰਾਂ ਸੂਤ ਕੇ ਮੁਕਾਬਲਾ ਕੀਤਾ ਤੇ ਸਾਹਿਬ ਰਾਏ ਦਾ ਭਤੀਜਾ ਮਾਰਿਆ ਗਿਆ। ਆਪਣੇ ਭਤੀਜੇ ਦੀ ਲਾਸ਼ ਲੈ ਕੇ ਇਹ ਲਾਹੌਰ ਗਿਆ ਜ਼ਕਰੀਆ ਖਾਨ ਦੇ ਕੋਲ, ਕਹਿੰਦਾ ਵੇਖ ਲਓ ਸਿੱਖਾਂ ਨੇ ਅੱਤ ਚੁੱਕ ਲਈ ਇਲਾਕੇ ਦੇ ਵਿੱਚ, ਨਾਲੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨਾਲੇ ਵੇਚੀਆਂ, ਮੈਂ ਪੁੱਛਣ ਵਾਸਤੇ ਗਿਆ ਤੇ ਮੇਰੇ ਭਤੀਜੇ ਮਾਰ ਦਿੱਤਾ। ਗੱਲ ਤੇ ਦਸਤਾਰ ਤੋਂ ਹੋਈ ਕਿ ਸਿੱਖ ਦੇ ਜੀਵਨ ਦੇ ਵਿੱਚ ਦਸਤਾਰ ਦੀ ਅਹਿਮੀਅਤ ਕੀ ਹੈ। ਉਸ ਵੇਲੇ ਜ਼ਕਰੀਆ ਖਾਨ ਨੇ ਕਿਹਾ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ। ਉਸਨੇ ਆਪਣੇ ਦੋ ਜ਼ਰਾ
ਤੱਕੀ ਬੇਗ ਤੇ ਮੋਮਨ ਖਾਨ 5000 ਦੀ ਫੌਜ ਦੇ ਕੇ ਭੇਜ ਦਿੱਤੇ ਤੇ ਉਧਰੋਂ ਇਹ ਜਿਹੜੇ ਭਰਾ ਸੀ ਇਹਨਾਂ ਸਾਰਿਆਂ ਨੇ ਭਾਈ ਤਾਰਾ ਸਿੰਘ ਵਾਂ ਦੇ ਕੋਲ ਸ਼ਰਨ ਲੈ ਲਈ। ਭਾਈ ਤਾਰਾ ਸਿੰਘ ਵਾਂ ਦਾ ਡਲ ਤੇ ਪਿੰਡ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਉੱਪਰ, ਉੱਥੇ ਭਾਈ ਤਾਰਾ ਸਿੰਘ ਵਾਂ ਨੇ ਇੱਕ ਬਹੁਤ ਸੋਹਣਾ ਡੇਰਾ ਬਣਾਇਆ ਹੋਇਆ ਸੀ, ਇੱਕ ਝਿੜੀ ਬਣਾਈ ਹੋਈ ਸੀ ਜਿੱਥੇ ਉਹ ਜੰਗਲਾਂ 'ਚ ਰਹਿਣ ਵਾਲੇ ਸਿੰਘਾਂ ਨੂੰ ਰਸਤ ਪਾਣੀ ਵੀ ਪਹੁੰਚਾਉਂਦੇ ਤੇ ਜੇਕਰ ਕੋਈ ਬਿਮਾਰ ਹੋ ਜਾਂਦਾ ਤੇ ਉਹਦਾ ਇਲਾਜ ਕਰਦੇ, ਇੱਥੋਂ ਤੱਕ ਕਿ ਉਹ ਘੋੜਿਆਂ ਦੇ ਇਲਾਜ ਦੇ ਵਿੱਚ ਬੜੇ ਮਾਹਰ ਸਨ। ਉਹਨਾਂ ਦੀ ਉਸ ਸਮੇਂ ਦੀ ਇੱਕ ਕਿਤਾਬ ਅਸ਼ਵਨਾਮਾ ਸਾਡੀ ਸੰਸਥਾ ਦੀ ਲਾਇਬ੍ਰੇਰੀ 'ਚ ਪਈ ਹੈ, ਜਿਹਦੇ ਵਿੱਚ ਸਿੱਖਾਂ ਨੇ 18ਵੀਂ ਸਦੀ 'ਚ ਜੰਗਲਾਂ 'ਚ ਰਹਿੰਦੀਆਂ ਆਪਣੇ ਘੋੜਿਆਂ ਦੇ ਇਲਾਜ ਕਰਨ ਦੇ ਨੁਸਖੇ ਲਿਖੇ ਹੋਏ ਨੇ ਕਿ ਇਸ ਰੁੱਖ ਦੇ ਪੱਤਿਆਂ ਦੇ ਨਾਲ ਘੋੜੇ ਦੀ ਇਸ ਬਿਮਾਰੀ ਦਾ ਇਲਾਜ ਹੁੰਦਾ, ਇਸ ਚੀਜ਼ ਨਾਲ ਇਹ ਇਲਾਜ, ਕਿਉਂਕਿ ਜ਼ਿੰਦਗੀ ਹੀ ਸਾਰੀ ਗੁਜ਼ਾਰ ਰਹੇ ਸੀ ਜੰਗਲਾਂ ਦੇ ਵਿੱਚ, ਕੋਈ ਡਾਕਟਰ ਸਹੂਲਤਾਂ ਤਾਂ ਹੈ ਨਹੀਂ ਸੀ, ਆਪ ਵੀ ਰੁੱਖਾਂ ਦੇ ਪੱਤੇ ਗੁਜ਼ਾਰਾ ਕਰਦੇ ਸੀ, ਘੋੜਿਆਂ ਦੀਆਂ ਕਾਠੀਆਂ ਤੇ ਜੀਵਨ ਬਤੀਤ ਕੀਤਾ। ਜਿਹੜਾ ਉਹ 18ਵੀਂ ਸਦੀ ਦਾ ਸਮਾਂ 1709 ਤੋਂ ਲੈ ਕੇ 1798 ਤੱਕ ਸਿੱਖਾਂ ਨੇ ਇੱਕ ਦਿਨ ਵੀ ਚੈਨ ਦਾ ਨਹੀਂ ਕੱਟ ਕੇ ਵੇਖਿਆ, ਇੱਕ ਦਿਨ ਵੀ ਚੈਨ ਦਾ ਨਹੀਂ ਕੱਟ ਕੇ ਵੇਖਿਆ। ਰੋਜ਼ ਸ਼ਹਾਦਤਾਂ ਹੁੰਦੀਆਂ ਨੇ, ਰੋਜ਼ ਸਿਰਾਂ ਦੇ ਮੁੱਲ ਪੈਂਦੇ ਨੇ, ਰੋਜ਼ ਰੁੱਖ ਬਰ ਕਤਲ ਕਰਦੇ ਨੇ। ਸੋ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਬੜੇ ਥੋੜੇ ਸਿੰਘ ਨੇ। ਉਸ ਵੇਲੇ ਲਾਹੌਰ ਦੇ ਦੋਵੇਂ ਹਾਕਮ ਫੌਜ ਲੈ ਕੇ ਇੱਧਰ ਨੂੰ ਆ ਰਹੇ ਨੇ। ਸਵੇਰੇ ਮਨੇਰ ਦਾ ਸਮਾਂ ਹੈ, ਰਾਤ ਨੂੰ ਫੌਜ ਨੇ ਆ ਕੇ ਵਾੜੇ ਨੂੰ ਘੇਰਾ ਪਾ ਲਿਆ। ਸਵੇਰੇ ਕੁਝ ਜਰਨੈਲ ਵਾੜੇ ਵੱਲ ਚੱਲਣ ਲੱਗੇ ਤੇ ਭਾਈ ਬਗੀਰ ਸਿੰਘ ਸਵੇਰੇ ਬਾਹਰ ਆਏ ਹੋਏ ਸੀ। ਜਦੋਂ ਉਹਨਾਂ ਨੇ ਵੇਖਿਆ ਕਿ ਸਰਕਾਰੀ ਫੌਜ ਡੇਰੇ ਵੱਲ ਨੂੰ ਆ ਰਹੀ ਹੈ, ਉਹਨਾਂ ਤੇ ਸੋਚਿਆ ਕਿ ਭੱਜ ਕੇ ਡੇਰੇ ਜਾ ਕੇ ਸਿੰਘਾਂ ਨੂੰ ਸੂਚਿਤ ਕਰਾਂ, ਫਿਰ ਸਿੱਖ ਦਾ ਕਿਰਦਾਰ ਵੇਖੋ। ਕਹਿੰਦਾ ਕਿ ਜੇਕਰ ਮੈਂ ਭੱਜ ਕੇ ਗਿਆ ਕਿਤੇ ਖਾਲਸਾ ਇਹ ਨਾ ਸੋਚ ਲਵੇ ਸਿੰਘ ਮੌਤ ਤੋਂ ਡਰਦਾ ਭੱਜ ਆਇਆ, ਪਤਾ ਹੀ ਲੱਗਣਾ ਹੈ ਨਾ ਵੀ ਫੌਜ ਦਾ ਪਤਾ ਲੱਗ ਜਾਵੇ, ਕਿਉਂ ਨਾ ਮੈਂ ਮੁਕਾਬਲਾ ਕਰਾਂ, ਜਦੋਂ ਤੇਗਾਂ ਦੀ ਠਣਕਾਰ ਹੋਵੇਗੀ, ਤੀਰਾਂ ਦੀ ਆਵਾਜ਼ ਆਵੇਗੀ, ਬੰਦੂਕ